ਬ੍ਰੈਕਫਾਸਟ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਦਾ ਸ਼ੁਰੂ ਕਰਨ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆ ਖਾਸ ਖਬਰਾਂ ਤੇ ਜੰਮੂ ਕਸ਼ਮੀਰ ਦੇ ਗਰਮਖਿਆਲੀ ਨੇਤਾ ਯਾਸੀਨ ਮਲਿਕ ਖਿਲਾਫ ਕਾਰਵਾਈ ਦੀਆਂ ਤਿਆਰੀਆਂ ਅਫਸਲਗੁਰੂ ਨੂੰ ਫਾਂਸੀ ਦਿੱਤੇ ਜਾਣ ਦੇ ਖਿਲਾਫ ਪਾਕਿਸਤਾਨ ਚ ਪੋਖਰ ਚਾਲ ਦੌਰਾਨ ਖੁੰਖਾਰ ਦੈਸ਼ਤਗਰਦਾਂ ਨੇ ਯਾਸੀਨ ਨਾਲ ਬੈਠ ਕੇ ਕੀਤੀ ਸੀ ਹਮਾਇਤ यूएच ਕਤਲ ਦੇ ਮਾਮਲੇ ਚ ਮੌਤੀ ਸਜ਼ਾ ਤੋਂ ਛੁੱਟੇ 17 ਭਾਰਤੀ ਨੌਜਵਾਨਾਂ ਲਈ ਨਾ ਮੁਮਕਿਨ ਬਣਿਆ ਮੁਮਕਿਨ ਰਿਹਾਈ ਦੇ ਬਾਅਦ ਸ਼ੀਰੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਟੇਕਿਆ ਮੱਥਾ ਕਮੰਟਰੀ 올림픽 ਐਸੋਸੀਏਸ਼ਨ ਵੱਲੋਂ 2020 ਦੀਆਂ 올림픽 ਖੇਡਾਂ ਚੋਂ ਕੁਸ਼ਤੀ ਦੀ ਖੇਡ ਨੂੰ ਬਾਹਰ ਕਿਤੇ ਜਾਣ ਦੇ ਫੈਸਲੇ ਦਾ ਵਿਆਪਕ ਵਿਰੋਧ ਪਦਮਸ਼੍ਰੀ ਕਰਤਾਰ ਸਿੰਘ ਪਹਿਲਵਾਨ ਨੇ ਕਿਹਾ ਦੁਨੀਆ ਭਰ ਦੇ ਕਰੋੜਾਂ ਕੁਸ਼ਤੀ ਪ੍ਰੇਮੀਆਂ ਨੂੰ ਪਹੁੰਚਿਆ ਦੁੱਖ ਅਤੇ ਚੰਡੀਗੜ੍ਹ ਪੰਚਕੂਲਾ ਤੇ ਮੋਹਾਲੀ ਚ ਕੁਦਰਤੀ ਆਫਤਾਂ ਨਾਲ ਨਿਪਟਣ ਦੀ ਤਿਆਰੀ ਵਜੋਂ 45 ਥਾਵਾਂ ਤੇ ਅੱਜ ਹੋਏ ਕਿ ਮੌਕ ਟ੍ਰੇਲ ਆਮ ਜਨਤਾ ਨੂੰ ਵੀ ਕੀਤਾ ਜਾਇਗਾ ਡ੍ਰਿੱਲ ਚ ਸ਼ਾਮਲ ਮੈਂ ਹਾਂ ਸੁਰੇਂਦਰ ਸਿੰਘ ਤੇ ਸਾਡੇ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਵਾਰ ਫੇਰ ਅੱਜ ਦੇ ਸਾਡੇ ਬ੍ਰੇਕਫਾਸਟ ਸ਼ੋਅ ਦੇ ਵਿੱਚ ਅੱਜ ਅਸੀਂ ਅਖਬਾਰਾਂ ਦੀਆਂ ਸੁਰਖੀਆਂ ਤੇ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਿਹੜੀਆਂ ਖਬਰਾਂ ਪ੍ਰਕਾਸ਼ਿਤ ਹੁੰਦੀਆਂ ਨੇ ਜਾਂ ਉਹਦੇ 'ਚ ਚੱਲਦੀਆਂ ਨੇ ਉਸ ਦੇ ਉੱਤੇ ਗੱਲਬਾਤ ਕਰਾਂਗੇ ਕਿ ਇਹ ਖਬਰ ਆਖਿਰ ਤੁਹਾਡੇ ਤੱਕ ਪਹੁੰਚਦੀ ਕਿਵੇਂ ਹੈ ਇੰਦਰਜੀਤ ਮੇਰੇ ਨਾਲ ਹੈ ਮੇਰੀ ਸਹਿਯੋਗੀ ਇੰਦਰਜੀਤ ਆਪਾਂ ਜੇ ਅੱਜ ਦੀਆਂ ਅਖਬਾਰਾਂ ਦੀ ਗੱਲ ਕਰੀਏ ਅੱਜ ਦੇ ਅਖਬਾਰਾਂ ਦੇ ਵਿੱਚ ਜਿਹੜੀਆਂ ਉੱਤਰੀ ਭਾਰਤ ਦੇ ਖੇਤਰ ਨਾਲ ਸੰਬੰਧਿਤ ਨੇ ਖਾਸ ਕਰਕੇ ਪੰਜਾਬ ਦੇ ਨਾਲ ਸੰਬੰਧਿਤ ਨੇ ਖਬਰਾਂ ਉਹਨਾਂ ਨੂੰ ਐਨੀ ਪ੍ਰਮੁਖਤਾ ਨਹੀਂ ਦਿੱਤੀ ਗਈ ਪਰ ਟਾਈਮਜ਼ ਆਫ ਇੰਡੀਆ ਦਾ ਜੇ ਆਪਾਂ ਫਰੰਟ ਪੇਜ ਦੇਖੀ ਤਾਂ ਸੈਕੰਡ ਲੀਡ ਹੈ ਇੱਕ ਸਿਕਸ ਆਫ ਫਰਾਂਸ ਟੂ ਪ੍ਰੋਟੈਸਟ ਐਟ ਹਾਲੈਂਡ ਮੀਟ ਇਹ ਜਿਹੜੇ ਉੱਥੇ ਜੀ ਪੱਗ ਨੂੰ ਲੈ ਕੇ ਜਿਹੜੀ ਗੱਲਬਾਤ ਹੈ ਫਰਾਂਸ ਦੇ ਵਿੱਚ ਪਾਬੰਦੀ ਲੱਗੀ ਸੀ ਤੇ ਉੱਥੋਂ ਦੇ ਸਿੱਖਾਂ ਵੱਲੋਂ ਵਿਆਪਕ ਰੋਸ ਪ੍ਰਗਟ ਕੀਤਾ ਗਿਆ ਸਾਰੇ ਪਾਸੇ ਤੇ ਉਹ ਜਿਹੜੀ ਖਬਰ ਹੈ ਨਿਰਸੰਦੇ ਜਿਹੜੇ ਉੱਤਰੀ ਭਾਰਤ ਤੋਂ ਜਾਂ ਚੰਡੀਗੜ੍ਹ ਤੋਂ ਅਖਬਾਰ ਛਾਪਦੇ ਨੇ ਉਹਨਾਂ ਦੇ ਵਿੱਚ ਛਾਇਆ ਹੋਣੀ ਪੈਂਦੀ ਹੈ ਉੱਥੇ ਪ੍ਰਕਾਸ਼ਿਤ ਹੋਣੀ ਚਾਹੀਦੀ ਹੈ ਟਾਈਮਜ਼ ਆਫ ਇੰਡੀਆ ਨੇ ਇਸ ਨੂੰ ਲਿਆ ਆਪਣੇ ਤੌਰ ਤੇ ਇਸ ਨੂੰ ਪ੍ਰਕਾਸ਼ਿਤ ਕੀਤਾ ਉਹਨਾਂ ਨੇ ਬਾਕੀ ਕਿਸੇ ਜੀ ਸੁਵਿੰਦਰ ਇਹ ਵੈਸੀ ਬਹੁਤ ਵੱਡੀ ਗੱਲ ਹੈ ਕਿ ਇੰਗਲਿਸ਼ ਨਿਊਜ਼ਪੇਪਰ ਕੋਈ ਆਪਣੀ ਇਹ ਪੰਜਾਬ ਦੀ ਖਬਰ ਚੋ ਕੇ ਫਰੰਟ ਪੇਜ ਤੇ ਪਾ ਰਿਹਾ ਤੇ ਉਹ ਵੀ ਉਹਨੂੰ ਟੂ ਕਾਲਮ ਸਟੋਰੀ ਚ ਰੱਖਿਆ ਹੋਇਆ ਤੇ ਇਸ ਤੋਂ ਇਲਾਵਾ ਪੰਜਾਬੀ ਅਖਬਾਰਾਂ ਦੇ ਵਿੱਚ ਵੀ ਹਾਲਾਂਕਿ ਉੱਥੇ ਦਿੱਤਾ ਹੀ ਜਾਂਦਾ ਪਰ ਇੱਕ ਬਹੁਤ ਵੱਡੀ ਗੱਲ ਹੈ ਕਿ ਇੰਟਰਨੈਸ਼ਨਲ ਹੈਗੀ ਸੀ ਹਾਲਾਂਕਿ ਪਰ ਪੰਜਾਬੀ ਖਬਰ ਦੇਖਿਆ ਜਾ ਤਾਂ ਪੰਜਾਬ ਨਾਲ ਸੰਬੰਧਤ ਹੈ ਟੂ ਕਾਲਮ ਸਟੋਰੀ ਦਿੱਤੀ ਉਹਨਾਂ ਨੇ ਹੂੰ ਦੋ ਕਾਲਮ ਦੀ ਸਟੋਰੀ ਹੈ ਨਾਲ ਉਹਨਾਂ ਨੇ ਦੋ ਫੋਟੋਆਂ ਵੀ ਲਾਈਆਂ ਨੇ ਬਲਦੇਵ ਸਿੰਘ ਭੱਟੀ ਦੀਆਂ ਇੱਕ ਉਹਨਾਂ ਦੀ ਉਹਨਾਂ ਦੇ ਡਰਾਈਵਿੰਗ ਲਾਇਸੈਂਸ ਤੇ ਜਿਹੜੀ ਫੋਟੋ ਉੱਥੇ ਪਾਗ ਉਤਾਰ ਕੇ ਫੋਟੋ ਖਿੱਚ ਕੇ ਲਾਈ ਜਾਂਦੀ ਹੈ ਉਹ ਫੋਟੋ ਕਾਫੀ ਮਤਲਬ ਜਾਣਕਾਰੀ ਵਾਲੀ ਇਹ ਖਬਰ ਹੈਗੀ ਸਾਡੇ ਜਿਹੜੇ ਪਾਠਕ ਨੇ ਉਹਨਾਂ ਤੱਕ ਪੂਰੀ ਮਤਲਬ ਇਹ ਜਾਣਕਾਰੀ ਦੇਣ ਵਾਲੀ ਹੈ ਦੂਜੇ ਪਾਸੇ ਜਿਹੜੀ ਖਬਰ ਹੈ ਇੰਦਰਜੀਤ ਇਟਲੀ ਦਾ ਜਿਹੜਾ ਇਟਲੀ ਦੀ ਪ੍ਰੂਵ ਰਿਪੋਰਟ ਨੇ ਕਿਹਾ ਹੈ ਕਿ ਐਕਸ 에ਅਰਚੀਫ ਤਿਆਗੀ ਬਾਸ ਬ੍ਰਾਈਡ ਟੂ ਸਵਿੰਗ ਕਾਪਰ ਡੀਲ ਇਹ ਜਿਹੜੀ ਸਾਰੇ ਅਖਬਾਰਾਂ ਦੇ ਵਿੱਚ ਸਾਰੇ ਅਖਬਾਰਾਂ ਨੇ ਇਸ ਨੂੰ ਲਿਆ ਆਪਣੇ ਪੰਜਾਬੀ ਦੇ ਅਖਬਾਰਾਂ ਨੇ ਵੀ ਇਸ ਨੂੰ ਲਿਆ ਹੈ ਜੀ ਜੀ ਹਰ ਹਰ ਅਖਬਾਰ ਦੇ ਵਿੱਚ ਦੇਖਿਆ ਜਾਏ ਤਾਂ 2 ਤੋਂ 3 ਕਾਲਮ ਸਟੋਰੀ ਹੈ ਹਰ ਅਖਬਾਰ ਨੇ ਲਈ ਆਪਾਂ ਦੇਖੀਏ ਚਾਹੇ ਪੰਜਾਬ 'ਚ ਦੇਖ ਲਈਏ ਪੰਜਾਬੀ ਟ੍ਰਿਬਿਊਨ ਦੇ ਵਿੱਚ ਵੀ ਉਹਨਾਂ ਨੇ ਲਿਆ ਹੈ ਹੈਲੀਕਾਪਟਰ ਕਪਲਾ ਇਹ ਤਾਲਵੀ ਕੰਪਨੀ ਦਾ ਮੁਖੀ ਗ੍ਰਫਤਾਰ ਇਸ ਨੂੰ ਕਾਫੀ ਤਵੱਜੂ ਦਿੱਤੀ ਹੈ ਇਸੇ ਤਰ੍ਹਾਂ ਦੇਖਿਆ ਜਾਂਦਾ ਇਲੈਕਟ੍ਰੋਨਿਕ মিডিਆ ਦੇ ਵਿੱਚ ਵੀ ਇਹਨੂੰ ਕਾਫੀ ਚੰਗੀ ਤਰ੍ਹਾਂ ਦਿਖਾਇਆ ਗਿਆ ਸੀ ਕੱਲ ਵੀ ਕਈ ਜਿਹੜੇ ਨਿੱਜੀ ਚੈਨਲ ਹਨ ਉਹਨਾਂ 'ਤੇ ਚਰਚਾ ਕੀਤੀ ਗਈ ਸੀ ਬਿਲਕੁਲ ਦੇਖੋ ਸਾਡੇ ਜਿਹੜੇ ਦਰਸ਼ਕ ਨੇ ਇਹ ਬਹੁਤ ਸਾਰੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਇਹ ਗੱਲ ਦਾ ਸ਼ ਸਾਡੇ ਕੋਲ ਇਲੈਕਟ੍ਰੋਨਿਕ মিডিਆ ਦੇ ਵਿੱਚ ਟੀਵੀ ਚੈਨਲ ਦੇ ਕੋਲ ਡੈਸਕ ਦੇ ਉੱਤੇ ਜਿਹੜੀ ਸਟੋਰੀ ਹੈ ਕੋਈ ਨਿਊਜ਼ ਸਟੋਰੀ ਹੈ ਉਹ ਕਿਵੇਂ ਪਹੁੰਚਦੀ ਹੈ ਤੇ ਉਸ ਨੂੰ ਅਸੀਂ ਟ੍ਰੀਟ ਕਰਕੇ ਦਰਸ਼ਕਾਂ ਤੱਕ ਕਿਵੇਂ ਪਹੁੰਚਾਉਨੇ ਹਾਂ ਜੀ सुरेंद्र ਜਿਵੇਂ ਦੇਖਿਆ ਜੇ ਤਾਂ ਨਿਊਜ਼ਪੇਪਰ ਦੇ ਵਿੱਚ ਥੋੜਾ ਟ੍ਰੀਟਮੈਂਟ ਅਲੱਗ ਹੁੰਦਾ ਹੈ ਤੇ ਇਲੈਕਟ੍ਰੋਨਿਕ ਦੇ ਵਿੱਚ ਅਲੱਗ ਹੁੰਦਾ ਹੈ ਤੁਸੀਂ ਅਖਬਾਰ ਦੇ ਵਿੱਚ ਖਬਰ ਇੱਕ ਫੋਟੋ ਦੇ ਨਾਲ ਹੀ ला ਸਕਦੇ ਹੋ ਪਰ ਇਲੈਕਟ੍ਰੋਨਿਕ ਦੇ ਵਿੱਚ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਤੁਹਾਡੇ ਕੋਲ ਉਹਦੇ ਵਿਜ਼ੂਅਲ ਹੋਣ ਤੁਹਾਡੇ ਕੋਲ ਉਸ ਬੰਦੇ ਦੀ ਬਾਈਟ ਹੋਏ ਪਾਰਟਿਕੂਲਰ ਇਨਸਾਨ ਜਿਹੜਾ ਬੋਲ ਰਿਹਾ ਇੱਕ ਪੂਰੇ ਤੱਥਾਂ ਦੇ ਨਾਲ ਆਪਾਂ ਉਹਨਾਂ ਨੂੰ ਪੇਸ਼ ਕਰਦੇ ਹਾਂ ਤੇ ਪੂਰੀ ਟ੍ਰੀਟਮੈਂਟ ਚੰਗੀ ਤਰ੍ਹਾਂ ਕੀਤੀ ਜਾਂਦੀ ਉਹਦੇ ਨਾਲ ਕਿ ਕਿਸ ਤਰ੍ਹਾਂ ਕਿਸ ਇਨਸਾਨ ਨੇ ਕੀ ਕਿਹਾ ਕਿਹੜਾ ਮੰਤਰੀ ਕਿਸ ਮੁੱਦੇ ਤੇ ਕੀ ਬੋਲ ਰਿਹਾ ਇੱਕ ਲਾਈਵ ਜਿਵੇਂ ਐਦਾਂ ਲੱਗਦਾ ਹੈ ਕਿ ਇੱਕ ਦਰਸ਼ਕ ਕਰਦਾ ਪਿਆ ਇੱਕ ਖਾਸ ਚੀਜ਼ ਇਹ ਹੋ ਜਾਂਦੀ ਹੈ ਥੋੜੀ ਜੀ ਪਰ ਜਿਹੜੇ ਅਖਬਾਰ ਦੇ ਪੱਤਰਕਾਰ ਨੇ ਤੇ ਟੀਵੀ ਦੇ ਪੱਤਰਕਾਰ ਨੇ ਦੋਵਾਂ ਦੇ ਕੰਮ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਅਖਬਾਰ ਦੇ ਪੱਤਰਕਾਰ ਕੋਲ ਥੋੜਾ ਟਾਈਮ ਹੁੰਦਾ ਕਿ ਉਹਨੇ ਸ਼ਾਮ ਨੂੰ ਫਾਈਲ ਕਰਨੀ ਹੁੰਦੀ ਹੈ ਸਟੋਰੀ ਕਿ ਰਾਤ ਨੂੰ ਅਖਬਾਰ ਸਪਣਾ ਤੇ ਸਵੇਰੇ ਪਾਠਕਾਂ ਦੇ ਹੱਥਾਂ ਤੱਕ ਪਹੁੰਚਣਾ ਟੀਵੀ ਵਾਲੇ ਪੱਤਰਕਾਰ ਦੀ ਮੁਸ਼ਕਲ ਇਹ ਹੁੰਦੀ ਹੈ ਕਿ ਉਸ ਨੂੰ ਬਾਈਟ ਚਾਹੀਦੀ ਹੁੰਦੀ ਹੈ ਉਸ ਨੂੰ ਫੁਟੇਜ ਚਾਹੀਦੀ ਹੁੰਦੀ ਹੈ ਕੈਮਰਾ ਜਿਹੜਾ ਹੈ ਉਹਦਾ ਨਾਲ ਹੋਣਾ ਚਾਹੀਦਾ ਤੇ ਉਸ ਨੂੰ ਪ੍ਰੋਪਰ ਜਿਹੜੀ ਹੈ ਇੱਕ ਤਰ੍ਹਾਂ ਦੇ ਸਿਪਾਹੀ ਵਾਂਗ ਜਾਂ ਫੌਜੀ ਵਾਂਗ ਕੰਮ ਕਰਨਾ ਪੈਂਦਾ ਫੀਲਡ ਤੇ ਤੇ ਬਿਲਕੁਲ ਇਹੀ ਹੁੰਦਾ ਹੈ ਕਿ ਕੈਮਰਾ ਤਾਂ ਜ਼ਰੂਰੀ ਹੈ ਸਾਡੇ ਲਈ ਕੈਮਰੇ ਤੋਂ ਬਿਨਾਂ ਤੇ ਕੁਝ ਹੋ ਹੀ ਨਹੀਂ ਸਕਦਾ ਉਸ ਤੋਂ ਬਿਨਾਂ ਤੁਸੀਂ ਕਿਸੇ ਬੰਦੇ ਨੂੰ ਕੈਚ ਹੀ ਨਹੀਂ ਕਰ ਸਕਦੇ ਹੋ ਤੇ ਪਰ ਨਾਲ ਇਹ ਵੀ ਇੱਕ ਬਹੁਤ ਵੱਡਾ ਰਹਿੰਦਾ ਹੈ ਕਿ ਤੁਸੀਂ ਟਾਈਮ ਦੇ ਵਿੱਚ ਵਿੱਚ ਦੇਣੀ ਹੈ ਜਿਵੇਂ ਹੁਣੇ ਆਈ ਤੇ ਸਾਨੂੰ ਇਹ ਬਹੁਤ ਵੱਡਾ ਹੁੰਦਾ ਹੈ ਕਿ ਨਾਲ ਦੀ ਨਾਲ ਇਹ ਖਬਰ ਪਹੁੰਚਾਣੀ ਬਹੁਤ ਜ਼ਰੂਰੀ ਹੁੰਦੀ ਹੈ ਦਰਸ਼ਕਾਂ ਤੱਕ ਤਾਂ ਕਿ ਉਹਨਾਂ ਨੂੰ ਅਪਡੇਟ ਰਹਿਣ ਅਖਬਾਰਾਂ ਦੇ ਵਿੱਚ ਹੁੰਦਾ ਹੈ ਕਿ ਸਾਰਾ ਦਿਨ ਬੀਤ ਜਾਂਦਾ ਹੈ ਉਸ ਤੋਂ ਬਾਅਦ ਅਗਲੇ ਦਿਨ ਉਹ ਕਿਆ ਮਿਲਦੀਆਂ ਨੇ ਪਰ ਇਸ ਤਰ੍ਹਾਂ ਨਾਲ ਦਰਸ਼ਕ ਨਾਲ ਦੀ ਨਾਲ ਅਪਡੇਟ ਹੋ ਜਾਂਦੇ ਨੇ ਅਖਬਾਰਾਂ ਦਾ ਇੱਕ ਫਾਰਮੈਟ ਹੁੰਦਾ ਨਾਲ ਹੀ ਕਿ ਅਖਬਾਰ ਦੇ ਵਿੱਚ ਕਾਫੀ ਪੰਨੇ ਹੁੰਦੇ ਨੇ 10 ਪੰਨਿਆਂ ਤੋਂ ਲੈ ਕੇ 20 ਪੰਨਿਆਂ 24 ਪੰਨਿਆਂ ਤੱਕ ਦਾ ਅਖਬਾਰ ਹੁੰਦਾ ਉਸ ਦੇ ਵਿੱਚ ਖੇਡ ਅੰਕ ਵੀ ਹੁੰਦਾ ਸਾਰਾ ਕੁਝ ਜਿਵੇਂ ਅੱਜ ਕੱਲ ਟੀਵੀ ਦੇ ਵਿੱਚ ਇੱਕ ਖੇਡ ਦਾ ਸੈਗਮੈਂਟ ਅਲੱਗ ਹੁੰਦਾ ਤੁਸੀਂ ਕ੍ਰਿਕਟ ਤੇ ਗੱਲ ਕਰਦੇ ਹੋ ਉਹਦੇ ਤੇ ਫੁੱਟਬਾਲ ਤੇ ਗੱਲ ਕਰਦੇ ਹੋ ਹੋਰ ਖੇਡਾਂ ਬਾਰੇ ਗੱਲਬਾਤ ਕਰਦੇ ਹੋ ਐਸੀ ਤਰ੍ਹਾਂ ਅਖਬਾਰ ਦੇ ਵਿੱਚ ਵੀ ਪੰਨੇ ਹੁੰਦੇ ਨੇ ਇੱਕ ਗੱਲ ਹੋਰ ਹੈ ਕਿ ਸਾਰੇ ਅਖਬਾਰਾਂ ਦੇ ਵਿੱਚ ਰੋਜ਼ ਇੱਕ ਦੋ ਨੂੰ ਛੱਡ ਕੇ ਰਾਸ਼ੀ ਫਲ ਜਿਹੜਾ ਹੈਗਾ ਉਹ ਲੋਕ ਬਹੁਤ ਧਿਆਨ ਨਾਲ ਪੜ੍ਹਦੇ ਨੇ ਕਈ ਤਾਂ ਲੋਕ ਅਖਬਾਰੀ ਐਸੀ ਕਰਕੇ ਪੜ੍ਹਦੇ ਨੇ ਕਿ ਆਪਣੀ ਰਾਸ਼ੀ ਦੇਖੀ ਜਾਵੇ ਉਹਦੇ ਵਿੱਚ ਜੀ சுரேਨਦਰ ਅਖਬਾਰਾਂ ਦੇ ਵਿੱਚ ਹੀ ਕਿ ਇਹ ਤਾਂ ਦੇਖਿਆ ਜਾਂਦਾ ਨਿੱਜੀ ਚੈਨਲਾਂ ਤੇ ਵੀ ਰਾਸ਼ੀ ਫਲ ਦਿਖਾਇਆ ਜਾਂਦਾ ਤੇ ਦਰਸ਼ਕ ਇਸ ਨੂੰ ਬਹੁਤ ਪਸੰਦ ਕਰਦੇ ਨੇ ਕਿਉਂਕਿ ਹਰ ਕਿਸੇ ਦੇ ਮਨ ਵਿੱਚ ਇਹ ਹੁੰਦਾ ਹੈ ਕਿ ਸਾਡੇ ਆਉਣ ਵਾਲੇ ਦਿਨ ਵਿੱਚ ਆਉਣ ਵਾਲੇ ਸਮੇਂ ਵਿੱਚ ਕੀ ਹੋਣ ਵਾਲਾ ਹੈ ਇਸ ਬਾਰੇ ਜਾਨਣਾ ਹਰ ਕੋਈ ਚਾਹੁੰਦਾ ਹੈ ਤੇ ਇਸ ਲਈ ਅਖਬਾਰਾਂ ਦੇ ਵਿੱਚ ਤਾਂ ਹਾਲਾਂਕਿ ਇਹ ਛਪ ਜਾਂਦਾ ਪਰ ਟੀਵੀ ਚੈਨਲ ਤੇ ਜੇ ਦਿਖਾਇਆ ਜਾਂਦਾ ਉਹਨਾਂ ਨੂੰ ਲੱਗਦਾ ਕਿ ਸਿੱਧਾ ਸਾਨੂੰ ਹੀ ਦੱਸੀ ਜਾਂਦੇ ਕਿ ਹਾਂਜੀ ਸਾਡੇ ਬਾਰੇ ਹੈਗਾ ਜੀ ਅੱਜ ਹਾਂ ਇੰਦਰਜੀਤ ਮਤਲਬ ਜੇ ਪਾਠਕਾਂ ਦੀ ਗੱਲ ਕਰੀ ਜਾਈਏ ਜਾਂ ਮਤਲਬ ਉਹਨਾਂ ਦੇ ਪਰਸਨਲ ਜਿਹੜਾ ਹੈ ਵਿਊ ਉਹ ਪੁੱਛਿਆ ਜਾਏ ਕਿ ਤੁਸੀਂ ਵਹਿਮ ਪਰਮਾ ਨੂੰ ਮੰਨਦੇ ਹੋ ਜਾਂ ਨਹੀਂ ਜਾਂ ਰਾਸ਼ੀ ਫਲ ਨੂੰ ਮੰਨਦੇ ਹੋ ਕਿ ਨਹੀਂ ਉਹ ਉਹ ਕਹਿਣਗੇ ਅਸੀਂ ਨਹੀਂ ਮੰਨਦੇ ਪਰ ਉਹ ਪੜਦੇ ਜ਼ਰੂਰ ਨੇ ਜ਼ਰੂਰ ਜ਼ਰੂਰ सुरेंद्र ਚਾਹੇ ਕਿਉਂਕਿ ਇਨਸਾਨ ਦੇ ਦਿਲ ਵਿੱਚ ਹੁੰਦਾ ਹੈ ਕਿ ਹੋਣ ਕੀ ਵਾਲਾ ਐਟਲੀਸਟ ਜਾਣ ਤਾਂ ਲਿਆ ਜਾਏ ਕਈ ਲੋਗੇ ਹੁੰਦੇ ਕਿ ਕੱਲਾ ਦੇਖ ਲੈਂਦੇ ਕਿ ਹੁਣ ਹੈ ਕੀ ਆਣ ਕੀ ਵਾਲਾ ਪਰ ਉਹ ਇਹ ਜ਼ਰੂਰੀ ਨਹੀਂ ਹੁੰਦਾ ਕਿ ਇਸ ਗੱਲ ਤੇ ਵਿਸ਼ਵਾਸ ਕਰਨ ਇਹ ਵੀ ਕਈ ਵਾਰ ਹੁੰਦਾ ਇਹ ਵੀ ਗੱਲ ਹੈ ਜੇ ਅੱਜ ਤੇ ਪੰਜਾਬੀ ਦੇ ਅਖਬਾਰਾਂ ਦੀ ਗੱਲ ਕੀਤੀ ਜਾਏ ਤਾਂ ਸ਼ਰਜਾ ਤੋਂ ਜਿਹੜੇ ਰਿਹਾ ਹੋ ਕੇ ਆਏ ਨੇ ਸ਼ਰਜਾ ਦੀ ਜੇਲ੍ਹ ਤੋਂ 17 ਭਾਰਤੀ ਨੌਜਵਾਨ ਉਹ ਕੱਲ ਦਿੱਲੀ ਪਹੁੰਚੇ ਪਹਿਲਾਂ ਸਵੇਰੇ ਹਵਾਈ ਅੱਡੇ ਤੇ ਫਿਰ ਉਹ ਅੰਮ੍ਰਿਤਸਰ ਪਹੁੰਚੇ ਉੱਥੇ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਅਰਦਾਸ ਕੀਤੀ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਇਹ ਸਾਰੀ ਘਟਨਾ ਨੂੰ ਮਤਲਬ ਕਿਸ ਤਰ੍ਹਾਂ ਪਰੋਸਿਆ ਗਿਆ ਅਖਬਾਰਾਂ ਦੇ ਵਿੱਚ ਇੱਕ ਵਧੀਆ ਤਰੀਕੇ ਨਾਲ ਉਹਨਾਂ ਨੇ ਇਸ ਨੂੰ ਪੇਸ਼ ਕੀਤਾ ਛਾਪਿਆ ਜਿਹੜੇ ਨਾਰਥ ਇੰਡੀਆ ਦੇ ਟੀਵੀ ਚੈਨਲ ਨੇ ਉਹਨਾਂ ਨੇ ਮਤਲਬ ਇਸ ਦੀ ਜਾਣਕਾਰੀ ਦਿੱਤੀ ਬਾਕੀ ਦੇ ਜਿਹੜਾ ਨੈਸ਼ਨਲ ਸਾਡਾ ਟੀਵੀ ਮੀਡੀਆ ਉਸ ਨੇ ਇਸ ਨੂੰ ਕਵਰ ਨਹੀਂ ਕੀਤਾ ਇਹਨੇ ਜਿੰਨਾ ਚਾਹੀਦਾ ਸੀ ਇਸ ਨੂੰ ਕਿਵੇਂ ਮਤਲਬ ਸਾਡੇ ਪਾਠਕ ਪਾਠਕਾਂ ਨੇ ਵੀ ਗੰਭੀਰਤਾ ਨਾਲ ਲਿਆ ਹੈਗਾ ਇੱਕ ਸੁਨੇਹਾ ਜਾਂਦਾ ਹੈ ਪੰਜਾਬ ਦੇ ਨੌਜਵਾਨਾਂ ਨੂੰ ਜਿਹੜੇ ਬਾਹਰ ਜਾ ਕੇ ਬਾਹਰ ਦੇ ਸਬਜ਼ ਭਾਗ ਦੇਖ ਕੇ ਵਿਦੇਸ਼ ਜਾਣਾ ਚਾਹੁੰਦੇ ਨੇ ਉੱਥੇ ਰੋਜ਼ੀ ਰੋਟੀ ਕਮਾਣ ਲਈ ਅਮੀਰ ਬਣਨ ਲਈ ਵਧੀਆ ਆਪਣਾ ਲਾਈਫ ਸਟਾਈਲ ਬਣਾਉਣ ਦੇ ਲਈ ਉਨਾਂ ਲਈ ਇੱਕ ਸਬਕ ਹੈ ਇੱਕ ਬਹੁਤ ਵੱਡੀ ਘਟਨਾ ਹੈ ਤੁਸੀਂ ਇਸ ਨੂੰ ਕਿਵੇਂ ਦੇਖਦੇ ਜੀ सुरेंद्र ਇਹ ਵੈਸੇ ਤਾਂ ਬਹੁਤ ਵੱਡੀ ਖਬਰ ਹੈ ਨੈਸ਼ਨਲ মিডিਆ ਨੂੰ ਜ਼ਰੂਰ ਚੱਕਣੀ ਚਾਹੀਦੀ ਸੀ ਪਰ ਇਹਨਾਂ ਨੇ ਪੰਜਾਬੀ মিডিਆ ਜੋ ਚੱਕੀ ਹੈ ਕਿਉਂਕਿ ਪੰਜਾਬ ਦੇ ਲੋਕ ਇਸ ਨਾਲ ਬਹੁਤ ਸਬੰਧਤ ਸੀ ਜਿਹੜੇ 17 ਭਾਰਤੀ ਸੀ ਉਹਨਾਂ ਦੇ ਵਿੱਚ ਪਰ ਇਹ ਕਿ ਨੈਸ਼ਨਲ ਦੇ ਵਿੱਚ ਚੱਕਣਾ ਚਾਹੀਦਾ ਕਿਉਂਕਿ ਪੰਜਾਬ ਜ਼ਰੂਰੀ ਨਹੀਂ ਕਿ ਸਿਰਫ ਪੰਜਾਬ ਦੇ ਲੋਕ ਹੀ ਵਿਦੇਸ਼ ਜਾਂਦੇ ਹੋਣ ਹਾ ਪੂਰੇ ਪਾਰਾ ਦੇ ਵਿੱਚ ਲੋਕ ਵਿਦੇਸ਼ ਜਾ ਕੇ ਰੋਜ਼ਗਾਰ ਲਈ ਜਾਂਦੇ ਨੇ ਤੇ ਇਸ ਕਰਕੇ ਨੈਸ਼ਨਲ ਮੀਡੀਆ ਨੂੰ ਜ਼ਰੂਰ ਚਖਣਾ ਚਾਹੀਦਾ ਸੀ ਇਹ ਬਹੁਤ ਵੱਡੀ ਗੱਲ ਹੈ ਕਿ ਐਸਪੀ ਸਿੰਘ ਆਬਰੋਏ ਨੇ ਬਹੁਤ ਵੱਡਾ ਉਪਰਾਲਾ ਕੀਤਾ ਉਹਨਾਂ ਨੂੰ ਦੇ ਕੇ ਬਲੱਡ ਮਰੀ ਦੇ ਕੇ ਉਹਨਾਂ ਨੂੰ ਵਾਪਸ ਲਿਆਏ ਨੇ ਉਹ ਇਸ ਤਰ੍ਹਾਂ ਦੇਖਿਆ ਨਾ ਨਿਊਜ਼ਪੇਪਰ ਦੇ ਵਿੱਚ ਵੀ ਆਪਾਂ ਦੇਖੀਏ ਪਚਾਏ ਪੰਜਾਬੀ ਹੈ ਚਾਹੇ ਇੰਗਲਿਸ਼ ਹੈ ਅਖਬਾਰਾਂ ਦੇ ਵਿੱਚ ਜਿਹੜੀ ਇਹ ਖਬਰ ਲਈ ਗਈ ਹੈ ਉਸ ਦੇ ਵਿੱਚ ਉਹਨਾਂ ਨੇ ਦੇਖਿਆ ਜੇ सिंपथी ਜਨਰੇਟ ਦੀ ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਕ ਤਰ੍ਹਾਂ ਨਾਲ ਤੁਸੀਂ ਫੋਟੋ ਦੇਖੋ ਅੱਜ ਦੀ ਤਾਂ ਮਾਂ ਪੁੱਤ ਮਿਲ ਰਹੇ ਨੇ ਕਿਸੇ ਦੀ ਪਤਨੀ ਮਿਲ ਰਹੇ ਨੇ ਦੇਖਿਆ ਜਾ ਤਾਂ ਇੱਕ ਬਹੁਤ ਵੱਡੀ ਗੱਲ ਹੈ ਸਾਰਿਆਂ ਦੀਆਂ ਭਾਵਨਾਵਾਂ ਇਸ ਨਾਲ ਜੁੜੀਆਂ ਹੋਈਆਂ ਨੇ ਜੁੜੀਆਂ ਹੋਈਆਂ ਨੇ ਇੰਟਰਵਿਊ ਦੇ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਬਣੇ ਅੱਜ ਦੀਆਂ ਖਬਰਾਂ ਦੀਆਂ ਸੁਰਖੀਆਂ ਤੇ ਗੱਲਬਾਤ ਕੀਤੀ। ਸਾਡੇ ਨਾਲ ਸਟੂਡੀਓ 'ਚ ਆਧੁਨਿਕ ਤਰੀਕੇ ਨਾਲ ਡੈਰੀ ਫਾਰਮਿੰਗ ਕਰਨ ਵਾਲੇ ਇੱਕ ਕਾਮਯਾਬ ਪਸ਼ੂਪਾਲਕ ਹਰਿੰਦਰ ਸਿੰਘ ਆਏ ਹੋਏ ਨੇ ਜਿਹੜੇ ਆਪਣੀ ਕਾਮਯਾਬੀ ਦੀ ਕਹਾਣੀ ਬਿਆਨ ਕਰਨ ਦੇ ਨਾਲ-ਨਾਲ ਪਸ਼ੂਪਾਲਕਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਬਾਰੇ ਵੀ ਸਾਡੇ ਨਾਲ ਚਰਚਾ ਕਰਨਗੇ। ਹਰਿੰਦਰ ਸਿੰਘ ਜੀ ਸਾਡੇ ਨਾਲ ਸਭ ਤੋਂ ਪਹਿਲਾਂ ਅਸੀਂ ਗੱਲ ਕਰਨੀ ਚਾਹੁੰਦੇ ਹਾਂ ਤੁਹਾਡੇ ਨਾਲ ਕਿ ਤੁਸੀਂ ਕਿੰਨੇ ਕ ਪਸ਼ੂ ਰੱਖੇ ਹੋਏ ਨੇ ਤੇ ਕਿਸ ਪੱਧਰ ਤੇ ਤੁਸੀਂ ਆਪਣਾ ਡੈਰੀ ਫਾਰਮ ਬਣਾਇਆ ਹੋਇਆ ਤੇ ਕਿੰਨੀ ਕ ਤੁਹਾਨੂੰ ਉਸ ਤੋਂ ਆਮਦਨ ਹੁੰਦੀ ਹੈ? ਮੇਰਾ ਨਾਮ ਹਰਿੰਦਰ ਸਿੰਘ ਹੈ ਜੀ ਖਾਲਸਾ ਡੈਰੀ ਫਾਰਮ ਸਾਡਾ ਕਰਾਲੀ ਦੇ ਨੇੜੇ ਹੈ तकरीबन ਮੇਰੇ ਕੋਲ ਇਸ ਟਾਈਮ 700 400 ਪਸ਼ੂ ਹੈ ਜੀ 740 ਜਿਹਦੇ ਵਿੱਚ 250 ਗਾਵਾਂ ਦੁੱਧ ਵਾਲੀਆਂ ਬਾਕੀ ਛੋਟੀਆਂ ਬੱਚੀਆਂ ਬੇੜਾ ਵਗੈਰਾ ਸਾਰਾ ਹੈਗਾ ਟੋਟਲ ਗਾਵਾਂ ਹੈ ਸਾਡੇ ਕੋਲ ਤੇ ਇਸ ਟਾਈਮ ਮੇਰੇ ਕੋਲ 1800 ਲੀਟਰ ਦੀ ਪਰ ਡੇ ਦੀ ਪ੍ਰੋਡਕਸ਼ਨ ਚੱਲ ਰਹੀ ਹੈ ਜੀ ਤੇ ਇਹ ਡੈਰੀ ਦਾ ਧੰਦਾ ਅਸੀਂ तकरीबन ਪੰਜਾਬ ਦੇ ਵਿੱਚ ਕਮਰਸ਼ੀਅਲ ਡੈਰੀ ਫਾਰਮ 2006 ਚੋਂ ਤੋਂ ਸ਼ੁਰੂ ਹੋਈ ਹੈ ਉਸ ਤੋਂ ਪਹਿਲਾਂ ਸਰਕਾਰਾਂ ਵੱਲੋਂ ਵੀ ਸਾਰੇ ਜਿੰਨੇ ਵੀ ਏਜੰਸੀਆਂ ਸੀ ਸਾਰਿਆਂ ਨੂੰ ਇੱਕ ਸਹਿਯਕ ਧੰਦੇ ਵੱਜੋਂ ਲੈਤੀਆਂ ਸੀ ਸਾਡੀ ਇੱਕ ਮੈਂ ਇੱਥੇ ਜਾਣਕਾਰੀ ਸਾਰੇ ਦਰਸ਼ਕਾਂ ਨੂੰ ਦੱਸਦਾ ਕਿ ਪ੍ਰੋਗਰੈਸਡ ਡੈਰੀ ਫਾਰਮ ਐਸੋਸੀਏਸ਼ਨ ਸਾਰੇ ਉਹਦੇ ਨਾਲ ਜੁੜੇ ਹੋਏ ਤੁਸੀਂ ਉਹਦੇ ਨਾਲ ਜੁੜੇ ਸਾਰੇ ਉਹਦੇ ਬਾਰੇ ਜਾਣਦੇ ਆ ਜਿਹੜਾ ਪੰਜਾਬ ਦੇ ਵਿੱਚ ਕਮਰਸ਼ੀਅਲ ਡੈਰੀ ਫਾਰਮ ਨੂੰ ਇੱਕ ਲੈ ਕੇ ਆਇਆ ਤਾਂ ਪ੍ਰੋਗਰੈਸਡ ਡੈਰੀ ਫਾਰਮ ਐਸੋਸੀਏਸ਼ਨ ਕਿੰਨੇ ਕਾਮਦਨ ਕਿੰਨੇ ਹੁੰਦੀ ਹੈ ਤੁਹਾਨੂੰ ਤੁਸੀਂ ਦੱਸਿਆ ਕਿ 1450 ਦੇ ਕਰੀਬ ਪਸ਼ੂ ਨੇ ਤੁਹਾਡੇ ਕੋਲ ਆਮਦਨ ਇਹਦੇ ਵਿੱਚ ਹਲੇ ਸ਼ੁਰੂਆਤ ਸਥਿਤੀਆਂ ਵਿੱਚ ਪੰਜਾਬ ਦੀ ਜਿਹੜੀ ਡੈਰੀ ਫਾਰਮਿੰਗ ਹੈਗੀ ਕਿੰਨਾ ਕੁ ਚਿਰ ਹੋ ਗਿਆ ਤੁਹਾਨੂੰ ਇਹ ਡੈਰੀ ਫਾਰਮ ਸ਼ੁਰੂ ਕਿਤੇ ਨੂੰ ਸਾਨੂੰ 12 ਸਾਲ ਹੋ ਗਏ ਜੀ ਮੈਨੂੰ 12 ਸਾਲ ਦੇ ਵਿੱਚ ਕਿੰਨੀ ਕੁ ਤੁਸੀਂ ਆਮਦਨ ਲੈ ਪਾਏ ਹੋ ਅਜੇ ਤੱਕ ਤੁਸੀਂ ਜਿੰਨਾ ਤੁਸੀਂ ਸੋਚਿਆ ਸੀ ਕੀ ਕਰ ਪਾਏ ਹੋ ਨਹੀਂ ਉਹ ਬਹੁਤ ਵਧੀਆ ਚੱਲਦਾ ਹੈ ਲੇਕਿਨ ਮੈਂ ਤੁਹਾਨੂੰ ਫੇਰ ਉਹ ਵੀ ਕੱਲ ਵੀ ਜਿਹੜੀ ਸ਼ੁਰੂਆਤ ਗੱਲ ਹੈ ਜੀ ਉਹਦੇ ਵਿੱਚ ਇਨਫਰਾਸਟ੍ਰਕਚਰ ਤੇ ਜਿਹੜਾ ਖਰਚਾ ਆਉਂਦਾ ਹੈ ਉਹ ਹਲੇ ਸਾਰਾ ਇਨਵੈਸਟ ਫਾਰਮਰ ਕਰ ਰਿਹਾ ਹੈਗਾ ਹਾਂਜੀ ਤੇ ਜੇ ਆਪਾਂ ਆਮਦਨ ਦੀ ਗੱਲ ਕਰੀਏ ਜਿਹੜਾ ਸਾਡਾ ਸਟਾਕ ਅੱਗੇ ਵੱਧ ਰਿਹਾ ਹੈ ਜਿਹਦਾ ਅੱਜ ਤੋਂ 6 ਸਾਲ ਪਹਿਲਾਂ 100 ਗਾਮਾਂ ਨਾਲ ਸ਼ੁਰੂ ਕੀਤਾ ਸੀ ਉਹ 200 250 ਗਾਮ ਹੋ ਗਿਆ ਉਹਦਾ ਤਿੰਨ ਗੁਣਾ ਤੋਂ ਉਹਦਾ ਜਿਹੜਾ ਸਟਾਕ ਹੀ ਹੈ ਲਾਈਵ ਸਟਾਕ ਉਹਦੀ ਵੈਲਿਊ ਵਧ ਗਈ ਇਨਫਰਾਸਟ੍ਰਕਚਰ ਵਧ ਗਿਆ ਤੇ ਪਰਗਾਂ ਦੀ ਜੇ ਅੱਜ ਜਿਹੜੀ ਐਵਰੇਜ ਆਪਾਂ ਗੱਲ ਕਰੀਏ ਤਾਂ 1000 1200 ਰੁਪਏ ਪਰਗਾਂ ਮਹੀਨੇ ਦਾ ਛੱਡ ਦਿੰਦੀ ਹੈ ਤੁਹਾਨੂੰ ਸਾਰਾ ਕਰਕੇ ਹਾਂਜੀ ਇੱਕ ਸਾਡੇ ਗੱਲ ਕਰਨਾ ਚਾਹੁੰਦੇ ਨੇ ਇਸ ਵਿਸ਼ੇ ਤੇ ਗੱਲਬਾਤ ਕਰਨੀ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕੀ ਕਹਿਣਾ ਚਾਹੁੰਦੇ ਨੇ ਉਹ ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਕੀ ਗੱਲ ਕਰਨੀ ਚਾਹੁੰਦੇ ਹੋ ਤੁਸੀਂ ਹਰਜਿੰਦਰ ਬੋਲ ਰਿਹਾ ਹਾਂ ਜੀ ਗੁਰੂ ਰਸਾਇਤੇ ਤੋਂ ਹਰਜਿੰਦਰ ਜੀ ਕੀ ਗੱਲ ਕਰਨੀ ਚਾਹੁੰਦੇ ਹੋ ਤੁਸੀਂ ਸਰ ਇਹ ਪਸ਼ੂ ਪਾਲਣ ਬਾਰੇ ਜਿਹੜੀ ਗੱਲ ਹੋ ਰਹੀ ਏ ਬਾਹਰਲੇ ਮੁਲਕਾਂ ਦੇ ਹਿਸਾਬ ਦੇ ਨਾਲ ਜਿਹੜੀਆਂ ਬੀਡਾਂ ਦੇ ਉੱਤੇ ਕੋਈ ਸਸਤੀ ਨਹੀਂ ਕਿ ਚੀਡਾਂ ਦੇ ਰੇਟ ਜਿਹੜੇ ਨੇ ਪਿਛਲੇ 2 ਸਾਲਾਂ ਦੇ ਵਿੱਚ ਜਿਹੜੀ ਕੈਟਲ ਫੀਡ ਆ ਉਹ ਦੁੱਗਣੇ ਰੇਟ ਹੋ ਗਏ ਨੇ ਜਿਹੜਾ ਗੱਟਾ 5 550 ਦਾ ਮਿਲਦਾ ਸੀ ਅੱਜ 1000 ਰੁਪਏ ਦਾ ਹਾਂਜੀ ਤੇ ਜਿਹੜੇ ਦੁੱਧ ਦੇ ਰੇਟ ਨੇ ਦੁੱਧ ਦੇ ਰੇਟਾਂ ਦੇ ਵਿੱਚ ਅੱਗੇ ਨਾਲੋਂ ਸਭੋ ਘਰਾਵਟ ਆਉਣੀ ਸ਼ੁਰੂ ਹੋ ਗਈ ਆ ਰੇਟ ਪਿਛਾ ਨੂੰ ਆ ਰਿਹਾ ਇਹ ਤਾਂ ਸਮਝ ਨਹੀਂ ਆ ਰਹੀ ਦੀ ਸਰਕਾਰਾਂ ਕੀ ਕਰ ਰਹੀਆਂ ਨੇ ਵੀ ਜੇ ਇਸ ਚੀਜ਼ ਨੂੰ ਅਸੀਂ ਬਣਾਈ ਰੱਖਣਾ ਜਿਹੜਾ ਧੰਦਾ ਇੱਕ ਵਾਰੀ ਥੇਲ ਹੋ ਜਾਂਦਾ ਉਹਨੂੰ ਦੁਬਾਰਾ ਜਿਹੜਾ ਖੜਾ ਕਰਨਾ ਬਹੁਤ ਔਖਾ ਮੈਂ ਵੀ ਪਿਛਲੇ 4 ਸਾਲਾਂ ਤੋਂ 20 ਪਸ਼ੂ ਰੱਖੇ ਸੀ ਹਾਂਜੀ ਹਾਂਜੀ ਤੇ ਮਾਡੇ ਗੋਪਾਲਤ ਪਾਲਕ ਜਿਹੜੀ ਸਹਾਕਾਰੀ ਸੁਭਾਵਾਂ ਨੇ ਉਹਨਾਂ ਦੇ ਵਿੱਚ ਤਾਂ ਮੈਂ ਕਹਿੰਦਾ ਜੀ ਕੋਈ ਸਰਕਾਰੀ ਮਹਿਤਾ ਜਾਂ ਹੁਣ ਕਰਕੇ ਇਹਨਾਂ ਦੌਰ ਹੀ ਨਹੀਂ ਕਰਦੇ ਪਸ਼ੂ ਪਾਲਕਾਂ ਦੇ ਲਈ ਉਹ ਕੁਝ ਪ੍ਰੋਫਸ਼ਨੇ ਗੱਡੀਆਂ ਦੇ ਜਿਹੜੀਆਂ ਉਹਨਾਂ ਨੇ ਲਾਈਆਂ ਉਹ ਦਿਗਾਂ ਨੇ ਆਪਣੇ ਐਗਰੀਮੈਂਟ ਤੇ ਕੁਛ ਹੋ ਵਿੱਚ ਬੁਲਦੇ ਰਾ ਫੇਰੀ ਕਰਦੇ ਨੇ ਬਹੁਤ ਜ਼ਿਆਦਾ ਹਰਜਿੰਦਰ ਸਿੰਘ ਜੀ ਹਰਜਿੰਦਰ ਸਿੰਘ ਜੀ ਤੁਹਾਡੇ ਕਹਿਣ ਦਾ ਭਾਵ ਇਹ ਹੈ ਕਿ ਜਿਹੜੀਆਂ ਦੁੱਧ ਦੀਆਂ ਕੀਮਤਾਂ ਨੇ ਉਹ ਬਹੁਤ ਜ਼ਿਆਦਾ ਘਟ ਨੇ ਜਿੰਨੀਆਂ ਹੋਣੀਆਂ ਚਾਹੀਦੀਆਂ ਸੀ ਉਨੀਆਂ ਨਹੀਂ ਹੈਗੀਆਂ ਇੱਕ ਪਸ਼ੂ ਪਾਲਕ ਦਾ ਕਹਿਣਾ ਹੈ ਕਿ ਉਸ ਨੂੰ ਜਿਹੜਾ ਆਪਣੇ ਘਰ ਹੈ ਦੁੱਧ ਪ੍ਰਤੀ ਲੀਟਰ ਉਹ 50 ਰੁਪਏ ਲੀਟਰ 55 ਰੁਪਏ ਲੀਟਰ ਪੈਂਦਾ ਨਹੀਂ ਇਹ ਜਦੋਂ ਕਿ ਜਿਹੜਾ ਸਰਕਾਰੀ ਰੇਟ ਹੈ ਉਹ 35 36 ਦੇ ਆਸ-ਪਾਸ ਹੀ ਟਿਕਿਆ ਹੋਇਆ ਹੈ ਨਹੀਂ 35 36 ਨਹੀਂ ਹੈ ਸਰਕਾਰੀ ਜਿਹੜਾ ਪ੍ਰੋਕਿਊਰਮੈਂਟ ਰੇਟ ਹੈ ਉਹ BRP ਹੈਗਾ ਜੀ ਇਸ ਟਾਈਮ ਗਾਂ ਦੇ ਦੁੱਧ ਦੀ ਗੱਲ ਕਰੀਏ ਜੇ ਮੱਝ ਦੇ ਦੁੱਧ ਦੀ ਤਕਰੀਬਨ 30 ਰੁਪਏ ਪਰਚੇਜ 28 30 ਰੁਪਏ ਅੱਛਾ ਤੁਸੀਂ ਉਸ ਤੋਂ ਵੀ ਘੱਟ ਦੱਸ ਰਹੇ ਹੋ ਹਾਂਜੀ ਹਾਂ ਫੈਡ ਦੇ ਅਕੋਰਡਿੰਗ ਪਰਚੇਜ ਹੋ ਰਿਹਾ ਜੀ ਇਹਦੇ ਵਿੱਚ ਜਿਦਾਂ ਇਹ ਸਾਡੇ ਭਾਈ ਸਾਹਿਬ ਨੇ ਦੱਸਿਆ ਅਸੀਂ ਮੈਂ ਇਹ ਗੱਲ ਨਾਲ ਬਿਲਕੁਲ ਸਹਿਮਤ ਹਾਂ ਜੀ ਤੇ ਅਸੀਂ ਬਾਹਰ ਵੀ ਮੈਂ ਯੂਰਪ ਵਗੈਰਾ ਅਸੀਂ ਦੋ ਤਿੰਨ ਇੱਕ ਤਾਂ ਉਥੋਂ ਦੀ ਜਿਹੜੀ ਡੈਰੀ ਐ ਸਟੈਬਲਿਸ਼ ਹੋਈ ਵੀ ਐ ਉਹਨਾਂ ਨੇ ਜਿੰਨਾ ਖਰਚਾ ਸੀ ਕਰਨਾ ਜਿੱਦਾਂ ਉਹਨਾਂ ਦੀ ਈਲਡ ਹੈਗੀ ਐਨੀਮਲ ਦੀ ਪੋਟੈਂਸ਼ੀਅਲ ਹੈਗਾ ਉਹ ਪੀਕ ਤੇ ਹੈਗਾ ਅਸੀਂ ਹਲੇ ਉਹਦੇ ਵਿੱਚ ਸ਼ੁਰੂਆਤ ਆਏਗੇ ਜਿੱਦਾਂ ਅਸੀਂ ਸੀਮਨ ਇੰਪੋਰਟ ਕਰਕੇ ਸਾਡੀ ਐਸੋਸੀਏਸ਼ਨ ਨੇ ਪੰਜਾਬ 'ਚ ਲਿਆਂਦਾ ਔਰ ਪੰਜਾਬ 'ਚ ਹੁਣ 2-3 ਸਾਲਾਂ ਤੱਕ ਜਿਹੜੀ ਮਿਲਕ ਪ੍ਰੋਡਕਸ਼ਨ ਐ ਪਰ ਐਨੀਮਲ ਦੀ ਬਹੁਤ ਉੱਪਰ ਜਾ ਰਹੀ ਹੈਗੀ ਉਹਦੇ ਵਿੱਚ ਸਾਡੇ ਖਰਚੇ ਕੋਸਟ ਆਫ ਪ੍ਰੋਡਕਸ਼ਨ ਘਟ ਆਏਗੇ ਇਹਨਾਂ ਨੇ ਜੋ ਦੁੱਧ ਦੇ ਰੇਟ ਦੀ ਗੱਲ ਕਰੀ ਐ ਜਿਹੜਾ ਦੁੱਧ ਦਾ ਰੇਟ ਐ ਇਹਦੇ ਵਿੱਚ ਕੁਝ ਸੈਂਟਰਲ ਗਵਰਨਮੈਂਟ ਵੱਲੋਂ ਪਿਛਲੇ ਸਾਲ ਪਾਊਡਰ ਇੰਪੋਰਟ ਕੀਤਾ ਹੈ ਹੂੰ ਹੂੰ ਉਹਨਾਂ ਨੇ ਇਸ ਤਰੀਕੇ ਨਾਲ ਕਰ ਲਿਆ ਕਿ ਜਿਹੜਾ ਆਪਾਂ ਕੰਜ਼ਿਊਮਰ ਨੂੰ ਸਸਤਾ ਦੁੱਧ ਦੇਣਾ ਹੈ ਹੂੰ ਹੂੰ ਪਰ ਉਹਦਾ ਕੰਜ਼ਿਊਮਰ ਸਸਤਾ ਦੁੱਧ ਨਹੀਂ ਮਿਲਿਆ ਕੰਜ਼ਿਊਮਰ ਨੂੰ ਸਸਤਾ ਨਹੀਂ ਮਿਲਿਆ ਜੋ ਵਿੱਚ ਜਿੰਨੀਆਂ ਵੀ ਏਜੰਸੀਆਂ ਨੇ ਪਾਈ ਪਾਵੇਂ ਕੋਆਪਰੇਟਿਵ ਪਾਵੇਂ ਉਹ ਪ੍ਰਾਈਵੇਟ ਹੈਗੀ ਹੈ ਉਹ ਆਪਣੇ ਜਿਹੜੇ ਪ੍ਰੋਫਿਟ ਉਹ ਕੱਢ ਨਹੀਂ ਕਰਦੀ ਸਾਡੇ ਨਾਲ ਕਾਲਰ ਜੁੜੇ ਹੋਏ ਨੇ ਅਸੀਂ ਪੁੱਛਦੇ ਹਾਂ ਕਿ ਉਹ ਕੀ ਗੱਲ ਕਰਨੀ ਚਾਹੁੰਦੇ ਨੇ ਹੈਨਾ ਹੈਲੋ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲਦੇ ਹੋ ਕੀ ਨਾਮ ਹੈ ਤੁਹਾਡਾ ਹਾਂਜੀ ਸਰ ਜੀ ਹਸਤਰੀ ਕਾਲ ਜੀ ਮੈਂ ਰਾਜ ਸਿੰਘ ਬੋਲ ਰਿਹਾ ਜੀ ਲਾਲੂ ਕੁਮਰ ਤੋਂ ਤਹਿਸੀਲ ਤੇ ਜਿਹੜਾ ਕਰਨਤਾਂ ਤੋਂ ਜੀ ਬਹੁਤ ਵਧੀਆ ਜੀ ਕੀ ਗੱਲ ਕਰਨੀ ਚਾਹੁੰਦੇ ਹੋ ਸਰ ਮੈਂ ਇਹਦੇ ਬਾਰੇ ਅੱਜ ਚੱਲਣਾ ਤੇ ਮੈਂ ਇਹਦੇ ਬਾਰੇ ਪੁੱਛਣਾ ਚਾਹੁੰਦਾ ਹਾਂ ਵੀ ਜਿਸ ਤਰ੍ਹਾਂ ਅੱਗੇ ਵੀ ਆਪਣਾ ਮਤਲਬ ਫੋਨ ਆਇਆ ਜੀ ਜਿਹੜਾ ਇਹ ਵੀ ਦੁੱਧ ਦੇ ਬਾਰੇ ਥੋੜਾ ਕਨਫਿਊਜ਼ ਨੇ ਦੁੱਧ ਦੇ ਕੀਮਤਾਂ ਬਾਰੇ ਕੀਮਤਾਂ ਘਟਨੇ ਆ ਤਾਂ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਬਾਅਦ ਚ ਗੱਲ ਕਰਦੇ ਹਾਂ ਹੈਲੋ ਹੈਲੋ ਸਸੀ ਕਾਲ ਜੀ ਕਿੱਥੋਂ ਬੋਲਦੇ ਹੋ ਕੀ ਨਾਮ ਹੈ ਤੁਹਾਡਾ ਸਸੀ ਗਾਜੀ ਦਿੱਲੀ ਬੋਲ ਰਹਾ ਜੀ ਹਬੋਰ ਤੋਂ ਹਾਂ ਦਿੱਲੀ ਜੀ ਬਹੁਤ ਬਹੁਤ ਸਵਾਗਤ ਹੈ ਕੀ ਗੱਲ ਕਰਨੀ ਚਾਹੁੰਦੇ ਹੋ ਮੈਂ ਜਾਣਕਾਰੀ ਲੈਣਾ ਚਾਹੁੰਦਾ ਜੀ ਇਹਨਾਂ ਨੂੰ ਪਤਾ ਹੋਊਗਾ ਜੀ ਸਾਰਾ ਆਪਾਂ ਜਿੰਮੇਦਾਰ ਘਰ ਆ ਵੀ ਘਰੇ ਪਸ਼ੂ ਰੱਖੇ ਹੋਏ ਜੀ ਆਪ ਦਾ ਦੁੱਧ ਪੀਂਦੇ ਹੋ ਜੀ ਤੇ ਉਹਨਾਂ ਦੇ ਜਨੇ ਵੀ ਪਸ਼ੂ ਨੂੰ ਇੱਕ ਸਾਡੀ ਗਾਹ ਨੂੰ ਮੂੰਹ ਖੋਰਨ ਹੋ ਗਿਆ ਤੇ ਵੀ ਉਹ ਤੋਂ ਕਿਵੇਂ ਬਚਿਆ ਜਾਵੇ ਤੇ ਉਹਨਾਂ ਦੁੱਧ ਪੀਣਾ ਚਾਹੀਦਾ ਜੀ ਨਹੀਂ ਪੀਣਾ ਚਾਹੀਦਾ ਹੁਣ ਦੁਬਾਰੇ ਬੋਲਿਓ ਬਿਮਾਰੀ ਕੀ ਹੋਈ ਜੀ ਬਿਮਾਰੀ ਕੀ ਬਿਮਾਰੀ ਦਾ ਨਾਮ ਦੱਸੋ ਮੂੰਹ ਖੋਰ ਜੀ ਮੂੰਹ ਖੋਰ ਮੂੰਹ ਖੁਰਦੀ ਬਿਮਾਰੀ ਹੋ ਗਈ ਹਾਂ ਮੂੰਹ ਖੁਰਦੀ ਬਿਮਾਰੀ ਤਾਂ ਦੇਖੋ ਵੈਕਸੀਨੇਸ਼ਨ ਆਪਾਂ ਪ੍ਰੋਪਰ ਇਹਨਾਂ ਦੀ ਕਰਾਉਂਦੇ ਨੇ ਪਰ ਜੇ ਪ੍ਰੋਬਲਮ ਆ ਗਈ ਤਾਂ ਮੇਰੇ ਖਿਆਲ ਨਾਲ ਦੁੱਧ ਚ ਨੀ ਕੋ ਪ੍ਰੋਬਲਮ ਹੁੰਦੀ ਐਨੀਮਲ ਨੇ ਦੁੱਧ ਦੇਣਾ ਹੀ ਥੋੜਾ ਜਿਹਾ ਮੁਖ ਹੋਰ ਆ ਗਿਆ ਤਾਂ ਬੰਦੀ ਹੋ ਜਾਣਾ ਦੁੱਧ ਦਾ ਜਦੋਂ ਇਨਟੇਕ ਉਹਦਾ ਬੰਦ ਹੋ ਜਾਣਾ ਦੁੱਧੂ ਦਾ ਤਕਰੀਬ ਬੰਦੀ ਹੋ ਜਾਂਦਾ ਥੋੜੇ ਦਿਨਾਂ ਵਿੱਚ ਤੁਸੀਂ ਇਹਦਾ ਕੋਈ ਜਿਹੜੇ ਹੈਲਥ ਵਰਡ ਡਾਕਟਰ ਨਾਲ ਸਲਾਹ ਕਰੋ ਮੈਂ ਜਣੀ ਪਰਸਨਲ ਸਲਾਹ ਦਿੰਦਾ ਵੀ ਨਾ ਉਹਦਾ ਦੁੱਧ ਲਿਓ ਤੁਸੀਂ ਕਿਉਂ ਐਂਟੀਬਾਇਓਟਿਕ ਬਹੁਤ ਹਾਇਰ ਤੁਸੀਂ ਲਗਾ ਰਹੇ ਹੋ ਨੂੰ ਉਹ ਦੁੱਧ ਹਿਊਮਨ ਬਿੰਗ ਲਈ ਅੱਛਾ ਨਹੀਂ ਹੈ ਦੇਨ ਜੀ ਐਂਟੀਬਾਇਓਟਿਕ ਕਾਫੀ ਸਟਰੋਂਗ ਲਗਾਏ ਜਾਂਦੇ ਨੇ ਇੰਜੈਕਸ਼ਨ ਵਗੈਰਾ ਪਸ਼ੂ ਨੂੰ ਮੂੰਹ ਖੁਰਤੀ ਬਿਮਾਰੀ ਦੇ ਦੌਰਾਨ ਤੁਹਾਨੂੰ ਦੁੱਧ ਨਹੀਂ ਲੈਣਾ ਚਾਹੀਦਾ ਉਸ ਦਾ ਜੇ ਉਹ ਦੁੱਧ ਥੋੜਾ ਬੋਤਾਂ ਲੈਂਦੇ ਵੀ ਉਸ ਦੀ ਸਿਹਤ ਨੂੰ ਖਿਆਲ ਰੱਖ ਕੇ ਤਾਂ ਉਹਦਾ ਦੁੱਧ ਤੁਹਾਨੂੰ ਵਰਤੋਂ ਚ ਨਹੀਂ ਲੈਣਾ ਚਾਹੀਦਾ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਹੈਲੋ ਸਸੀਕਾਲ ਜੀ ਕਿੱਥੋਂ ਬੋਲਦੇ ਹੋ ਕੀ ਨਾਮ ਹੈ ਤੁਹਾਡਾ ਸਸੀਕਾਲ ਜੀ ਐਸੀ ਨਕੌਦਰ ਤੋਂ ਬੋਲਦੇ ਆਂ ਜਲੰਧਰ ਤੋਂ ਹਾਂ ਜੀ ਸੁਖਦੇਵ ਸਿੰਘ ਮੈਂ ਆਇਆ ਮੇਰਾ ਸੁਖਦੇਵ ਸਿੰਘ ਜੀ ਹੁਕਮ ਕਰੋ ਕੀ ਗੱਲ ਕਰਨੀ ਚਾਹੁੰਦੇ ਹੋ ਹਾਂਜੀ ਅਸੀਂ ਇਹ ਪੁੱਛਣਾ ਸੀਗਾ ਵੀ ਸਾਨੂੰ ਅੱਛੀ ਨਸਲ ਦੀਆਂ ਜੇ ਬੱਚੀਆਂ ਲੈਣੀਆਂ ਹਨ ਤਾਂ ਕਿੱਥੋਂ ਮਿਲਣਗੀਆਂ ਬਹੁਤ ਵਧੀਆ ਅੱਛੀ ਕਿਸਮ ਦੀਆਂ ਬੱਚੀਆਂ ਬਾਜ਼ਾਰ ਚੋਂ ਬਹੁਤ ਵਧੀਆ ਹੁਣ ਅਵੇਲੇਬਲ ਹੈ ਜੀ ਤੇ 16 17 18 ਨੂੰ ਜਗਰਾਉਂ ਦੇ ਵਿੱਚ ਪ੍ਰੋਗਰੈਸ ਡੈਰੀ ਫਾਰਮ ਐਸੋਸੀਏਸ਼ਨ ਵੱਲੋਂ ਇੱਕ ਬਹੁਤ ਇੰਡੀਆ ਸਭ ਤੋਂ ਵੱਡਾ ਡੈਰੀ ਫਾਰਮ ਸੌਰੀ ਡੈਰੀ ਸ਼ੋਅ ਲੱਗ ਰਿਹਾ ਹੈ ਉਹਦੇ ਵਿੱਚ ਵੀ ਤੁਹਾਨੂੰ ਵਧੀਆ ਕਿਸਮ ਦੇ ਪਸ਼ੂ ਉੱਥੋਂ ਮਿਲ ਜਾਣਗੇ ਤੇ ਹੁਣ ਵੈਸੇ ਵੀ ਪੰਜਾਬ ਚ ਜਿਹੜੀ ਐਚਐਫਡੀ ਜੈਨੇਟਿਕ ਪੋਟੈਂਸ਼ੀਅਲ ਹੈ ਉਹ ਵਧੀਆ ਹੋ ਗਿਆ ਜਿਹੜੇ ਮੇਲੇ ਲੱਗਦੇ ਉਹਨਾਂ ਚ ਵੀ ਵਧੀਆ ਬੱਚੇ ਮਿਲ ਜਾਂਦੇ ਆ ਤੇ ਫਾਰਮਾਂ ਤੋਂ ਵੀ ਤੁਸੀਂ ਇਹ ਬੱਚੇ ਲੈ ਸਕਦੇ ਆ ਅ ਅੱਛਾ ਹਰਿੰਦਰ ਜੀ ਸਾਨੂੰ ਇਹ ਦੱਸੋ ਕਿ ਸਾਡੇ ਦਰਸ਼ਕ ਵੀ ਦੇਖ ਰਹੇ ਹੋਣਗੇ ਸੁਣ ਰਹੇ ਹੋਣਗੇ ਜਿਹੜੀਆਂ ਬੱਚੀਆਂ ਨੇ ਉਹ ਐਚਐਫ ਦੀਆਂ ਲੈਣੀਆਂ ਚਾਹੀਦੀਆਂ ਨੇ ਸਾਹੀਵਾਲ ਦੀਆਂ ਲੈਣੀਆਂ ਚਾਹੀਦੀਆਂ ਨੇ ਜਾਂ ਮਤਲਬ ਜਰਸੀ ਵੀ ਹੈਗੀ ਇੱਕ ਨਸਲ ਉਹ ਵੀ ਚੰਗਾ ਤੁਦ ਤਿੰਦਿਆ ਜਿੱਥੋਂ ਤੱਕ ਸਾਹੀਵਾਲ ਦੀ ਗੱਲ ਹੈ ਜੀ ਸਾਹੀਵਾਲ ਦੀ ਜਿਹੜੀ ਮਿਲਕ ਪ੍ਰੋਡਕਸ਼ਨ ਹੈਗੀ ਹੈ ਉਹ ਘਟ ਉਹ ਬਹੁਤ ਘਟ ਹੈਗੀ ਜੀ ਠੀਕ ਹੈ ਜੀ ਜਰਸੀ ਦਾ ਵੀ ਜਿਹੜੀ ਇੰਡੀਅਨ ਜਿਹੜੀ ਪਹਿਲੀ ਜਰਸੀ ਹੈ ਉਹਦੀ ਮਿਲਕ ਪ੍ਰੋਡਕਸ਼ਨ ਵੀ ਹੀ ਘਟ ਹੈ ਜਦਕਿ ਜਿਹੜਾ ਇਨਟੇਕ ਦੀ ਗੱਲ ਕਰੀਏ ਹੈਂਡਲਿੰਗ ਦੀ ਗੱਲ ਕਰੀਏ ਉਹ ਸੇਮ ਥਿੰਗ ਆਉਂਦੀ ਹੈ ਐਫਫ ਚ ਜਿਹੜੀਆਂ ਕੁਝ ਥੋੜੀਆਂ-ਬਹੁਤੀਆਂ ਪ੍ਰੋਬਲਮ ਅਸੀਂ ਮੰਨਦੇ ਵੀ ਆ ਰਹੀਆਂ ਲੇਕਿਨ ਅਸੀਂ 95% ਤੋਂ ਉੱਪਰ ਜਿਹੜੀ ਐਚਐਫ ਦਾ ਬਲੱਡ ਹੈਗਾ ਅਸੀਂ ਉਹਨਾਂ ਨੂੰ ਇੱਥੇ ਬਹੁਤ ਵਧੀਆ ਤਰੀਕੇ ਨਾਲ ਰੱਖ ਰਹੇ ਹਾਂ ਜੀ ਹਾਂ ਜਿਹੜੇ ਇੱਥੋਂ ਦੇ ਬਾਰਨ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਸਾਡੇ ਕਿਸਾਨਾਂ ਨੇ ਨਸਲ ਤਿਆਰ ਕਰ ਲਈ ਸੀ 도ਗਲੀ ਜਿਹਨੂੰ ਕਹਿੰਦੇ ਨੇ ਇੱਥੋਂ ਦੀ ਜਿਹੜੀ ਦੇਸੀ ਹੁੰਦੀ ਸੀ ਤੇ ਇੱਕ ਐਚਐਫ ਨੂੰ ਮਿਲਾ ਕੇ ਇੱਕ 도ਗਲੀ ਜੀ ਨਸਲ ਤਿਆਰ ਹੋਈ ਸੀ ਉਹ ਉਹ ਕਿਵੇਂ ਹੈ ਦੁੱਧ ਦੇ ਹਿਸਾਬ ਨਾਲ ਜੇ ਟੋਟਲ ਆਪਾਂ ਗੱਲ ਕਰੀ ਤਾਂ ਪੰਜਾਬ ਵਿੱਚ ਤਾਂ ਆਪਾਂ ਕਈ ਹਲੇ 도ਗਲੀ ਹੀ ਰਹੇ ਆ ਕਿ ਉਹਦੇ ਵਿੱਚ ਕੋਈ ਨਾ ਕੋਸ ਬਲੱਡ ਆਪਣੇ ਇੰਡੀਆ ਦੇ ਕਿੰਦਾ ਹੋਵੇਗਾ ਠੀਕ ਹੈ ਜੀ ਸਾਡੇ ਨਾਲ ਪਰਬਲਮ ਹੋਈ ਅੰਦਰ ਜੀ ਆਪਾਂ ਗੱਲ ਕਰਕੇ ਫਿਰ ਤੁਹਾਡੇ ਨਾਲ ਗੱਲ ਚਾਰੀ ਰੱਖਾਂਗੇ ਹੈਲੋ ਹੈਲੋ ਲੱਗਦਾ ਤਕਨੀਕੀ ਕਾਰਨਾ ਕਰਕੇ ਉਹ ਗੱਲ ਨਹੀਂ ਕਰ ਸਕਦੇ ਤੁਸੀਂ ਗੱਲ ਕਰ ਮੈਂ ਪਿਛਲੇ ਇਸ ਨੂੰ ਛੱਡ ਕੇ ਮੈਂ ਪਿਛਲੇ ਮੁੱਦੇ ਤੇ ਆਵਾਂ ਜਿਹੜਾ ਇੱਕ ਆਪਣੇ ਵੀਰ ਨੇ ਗੱਲ ਕੀਤੀ ਸੀਗੀ ਵੀ ਦੁੱਧ ਦੇ ਰੇਟਾਂ ਦੀ ਉਹੀ ਇੱਕ ਤਾਂ ਉਹਨਾਂ ਨੇ ਪਾਊਡਰਿੰਗ ਇੰਪੋਰਟ ਕਰ ਲਿਆ ਵੀ ਦੁੱਧ ਦਾ ਮਾਰਕੀਟ ਚ ਰੇਟ ਨਾ ਵਧੇ ਤੇ ਉਸ ਤੋਂ ਬਾਅਦ ਉਹ ਅਸੀਂ ਪ੍ਰੈਸ਼ਰ ਪਾ ਕੇ ਸ਼ਰਪਵਾਰ ਜੀ ਨੂੰ ਵੀ ਮਿਲੇ ਉਹਨਾਂ ਤੋਂ ਉਹ ਜਿਹੜਾ ਬੈਨ ਸੀਗਾ ਪਹਿਲਾਂ ਇੰਪੋਰਟ ਬੰਦ ਕੀਤਾ ਤੇ ਫਿਰ ਹੁਣ ਜਿਹੜਾ ਬਾਹਰ ਐਕਸਪੋਰਟ ਉਹਦਾ ਵੀ ਜਿਹੜਾ ਬੈਨ ਸੀਗਾ ਉਹ ਖੋਲਾਇਆ ਹੈਗਾ ਤੇ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਐਨ ਜੀ ਉਹਦੇ ਵਿੱਚ ਅਸੀਂ ਯੂਰਪ ਵਗੈਰਾ ਸਾਰੇ ਦੇਖਿਆ ਇੱਕ ਤਾਂ ਉਹਨਾਂ ਨੂੰ ਉਹਨਾਂ ਨੇ ਐਨਏ ਦੇ ਵੀ ਰਿਸਰਚ ਕੀਤੀ ਹੈ ਪੰਜਾਬ ਚ ਹਲੇ ਮੋਡਲੀ ਸਥਿਤੀ ਜਿਸੀ ਆਹਾਂਗੇ ਹੂੰ ਹੂੰ ਜਿੱਦਾ ਪਹਿਲਾ ਸਾਇਲੇਜ ਹੈਗਾ ਕੋਈ ਕਿਸੇ ਵੀ ਯੂਨੀਵਰਸਿਟੀ ਨੇ ਕਿਸੇ ਨੇ ਸਾਨੂੰ ਕੁਝ ਨਹੀਂ ਦੱਸਿਆ ਵੀ ਆਪਾਂ ਕੀ ਕਰਨਾ ਹੈਗਾ ਕਿਹੜੀ ਚੀਜ਼ ਆਪਾਂ ਨੂੰ ਪਾ ਕੇ ਆਪਾਂ ਦੋ ਪੈਸੇ ਬਚਾ ਸਕਦੇ ਹੂੰ 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 ਸਾਇਲੇਜ ਮੱਕੀ ਦਾ ਸਾਇਲੇਜ ਸਾਰੇ ਆਲ ਓਵਰ ਵਰਲਡ ਵਿੱਚ ਵਰਤ ਰਹੇ ਅਸੀਂ ਜਦੋਂ ਯੂਨੀਵਰਸਿਟੀ ਜਾ ਕੇ ਗੱਲ ਕਰਦੇ ਸੀਗੇ ਤਾਂ ਸਾਨੂੰ ਡਾਕਟਰ ਕਹਿੰਦੇ ਸੀਗੇ ਤੁਸੀਂ ਤਾਂ ਝੱਲੇ ਹੋਗੇ ਵੀ ਸਾਇਲੇਜ ਨਹੀਂ ਪਹਿਣਾ ਪੱਠੇ ਪਾ ਕੇ ਨਾਲ ਤੁਸੀਂ ਦਾਣਾ ਪਹਿਣਾ ਪਾਉਣਾ ਹੈਗਾ ਜਿਹੜਾ ਕਿ ਕਾਸਟ ਆਫ ਪ੍ਰੋਡਕਸ਼ਨ ਬਹੁਤ ਵੱਜ ਜਾਂਦੀ ਉਹਦੇ ਨਾਲ ਵੱਜ ਜਾਂਦੀ ਏ ਅਸੀਂ ਸੈਲਜ਼ ਨਾਲ ਕੋਈ ਜਿਹੜਾ ਹੈ ਖਰਚਾ ਘਟਦਾ ਉਹਦੇ ਨਾਲ ਖਰਚਾ ਘਟ ਜਾਂਦਾ ਜੀ ਲੇਬਰ ਨਾਲ ਕੋਈ ਕੋਨਰ ਜੁੜੇ ਹੋਏ ਨੇ ਹੈਲੋ ਨਹੀਂ ਉਹ ਮੈਨੂੰ ਲੱਗਦਾ ਫੇਰ ਇੰਤਜ਼ਾਰ ਨਹੀਂ ਕਰ ਸਕੇ ਠੀਕ ਹੈ ਫੇਰ ਅਸੀਂ ਹੁਣ ਦੂਜੇ ਪਾਸੇ ਆਈਏ ਜਿਹੜੀ ਕੋਸਟ ਆਫ ਪ੍ਰੋਡਕਸ਼ਨ ਤੇ ਅਸੀਂ ਬਹੁਤ ਪਹਿਲਾਂ ਕੋਸਟ ਆਫ ਪ੍ਰੋਡਕਸ਼ਨ ਘਟਾਈ ਜਿਹੜਾ ਐਨੀਮਲ ਦਾ ਪੋਟੈਂਸ਼ੀਅਲ ਹੈਗਾ ਬਲੱਡ ਦਾ ਅਸੀਂ ਬਾਹਰੋਂ ਇੰਪੋਰਟ ਕਰਕੇ ਸਾਡੀ ਐਸੋਸੀਏਸ਼ਨ ਨੇ ਇੰਪੋਰਟ ਕਰਦੀ ਹੈ ਉਹ ਸਾਰਾ ਐਨੀਮਲ ਦਾ ਦਿਨੋਂ ਦਿਨ ਜਿਹੜੀ ਪ੍ਰੋਡਕਸ਼ਨ ਵੱਧਦੀ ਜਾ ਰਹੀ ਹੈ ਠੀਕ ਹੈ ਜੀ ਫਿਰ ਸਾਰਾ ਇਜ਼ਰਾਈਲ ਵਗੈਰਾ ਦੇਖ ਕੇ ਸ਼ੈੱਡ ਅਸੀਂ ਹੀਟ ਸਟ੍ਰੈਸ ਤੋਂ ਐਚਪਨੂ ਹੀਟ ਸਟ੍ਰੈਸ ਤੋਂ ਬਚਾਉਣਾ ਉਹ ਕਿੱਦਾਂ ਬਚਾਉਣਾ ਉਹ ਸਾਰੇ ਪੰਜਾਬ ਵਿੱਚ ਅਸੀਂ ਸਾਰੇ ਸ਼ੈੱਡ ਬਹੁਤ ਹਾਈਟ ਨਾਲ ਜੋ ਵੀ ਰਿਕੁਆਇਰਮੈਂਟ ਹੈ ਸਾਰੇ ਦੇਖ ਕੇ ਅਸੀਂ ਉਹ ਕਰ ਰਹੇ ਹਾਂ ਉਤੇ ਬਾਅਦ ਜਿਹੜੀ ਹੁਣ ਮੈਂ ਇੱਥੇ ਅੱਜ ਧੰਨਵਾਦ ਵੀ ਕਰਦਾ ਮੈਂ ਡੇ ਐਂਡ ਨਾਈਟ ਵਾਲਿਆਂ ਦਾ ਕਿ ਅਸੀਂ ਆਪਣੇ ਜਰੀਏ ਤੁਹਾਡੇ ਫਾਰਮ ਨਾਲ ਸਿੱਧੀ ਗੱਲ ਕਰ ਰਹੇ ਹਾਂ ਕਿ 1 April ਤੋਂ ਅਸੀਂ ਬਹੁਤ ਦਿੱਲੀ ਦੀਆਂ ਕਈ ਪਾਰਟੀਆਂ ਜਿਹਨਾਂ 'ਚ ਬਲਕ ਨਾਲ ਸਾਡਾ ਕੰਟੈਕਟ ਹੋ ਗਿਆ ਪੰਜਾਬ 'ਚ ਥੋੜਾ ਜਿਹਾ ਠਰਮਾ ਰੱਖੋ ਪੰਜਾਬ 'ਚ ਆਉਣ ਵਾਲੇ 3-4 ਮਹੀਨਿਆਂ 'ਚ ਦੁੱਧ ਦਾ ਰੇਟ 6-7 ਰੁਪਏ ਲੀਟਰ ਅਸੀਂ ਕਮਿਟ ਕਰਦੇ ਹਾਂ ਕਿ ਤੁਹਾਨੂੰ ਮਾਰਕੀਟ ਵਧਾ ਕੇ ਦਵਾਂਗੇ ਅਸੀਂ ਭਾਵੇਂ ਉਹ ਅਮੁੱਲ ਨੂੰ ਜਾ ਕੇ ਸੇ ਹੋਰ ਨੂੰ ਇਵਨ ਤੁਸੀਂ ਸਿੱਧਾ ਵੇਚਿਆ ਕਰੋਗੇ ਅਸੀਂ ਆ ਬਲਕ ਚ ਵੇਚਾਂਗੇ ਜੀ ਤੁਸੀਂ ਆਪਣੀ ਮਤਲਬ ਚਿਲਿੰਗ ਪਲਾਨਟ ਵਗੈਰਾ ਚਿਲਿੰਗ ਆਪਣੇ ਲਾਵਾਂਗੇ ਜੀ ਤੇ ਚਿਲਿੰਗ ਲਾ ਕੇ ਉਹਨਾਂ ਨੂੰ ਇੱਥੋਂ ਸਾਰਾ ਫੈਟ ਵਗੈਰਾ ਚੈੱਕ ਕਰਕੇ ਦਿੱਲੀ ਭੇਜਾਂਗੇ ਈਵਨ ਜੇ ਅਸੀਂ ਇਸ ਟਾਈਮ ਬੇਰਕਾ ਨੂੰ 35% ਦੋ ਸਾਡੀ ਐਸਓਜਨ ਦੇ ਮੈਂਬਰ ਦੇ ਰਹੇ ਹਾਂ ਲੇਕਿਨ ਅਸੀਂ ਐਮ ਡੀ ਸਾਹਿਬ ਬਹੁਤ ਸਿੱਧੂ ਸਾਹਿਬ ਇਹ ਗੱਲ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ ਕਿਉਂਕਿ ਪਿਛਲੇ ਸਮੇਂ ਚ ਬੇਰਕਾ ਹੋਵੇ ਜਿਹਦਾ ਨੈਸਲੇ ਆ ਨੈਸਲੇ ਨੇ ਸਾਰੇ ਵੈਲਿਊ ਐਡਡਡ ਪ੍ਰੋਡਕਟ ਬਣਾ ਰਹੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ ਬੇਰਕਾ ਦਾ ਪਹਿਲਾਂ ਕੀ ਰਿਹਾ ਵੀ ਉਹ ਦੁੱਧ ਆਇਆ ਤੇ ਉਹਨਾਂ ਨੇ ਪੈਚਰ ਕੀਤਾ ਤੇ ਕੰਜ਼ਿਊਮਰ ਨੂੰ ਦੇਤਾ ਵੈਲਿਊ ਐਡਡ ਪ੍ਰੋਡਕਟ ਕੋਈ ਬਣਾਇਆ ਨਹੀਂ ਕੋਈ ਇਹ ਜੀ ਲੰਬੇ ਸਮੇਂ ਦੀ ਸੋਚ ਲੈ ਕੇ ਚੱਲੇ ਨਹੀਂ ਜਿਹੜੀ ਅੱਜ ਪ੍ਰੋਬਲਮ ਆਈ ਵੀ ਹੈ ਥੋੜਾ ਜਿਹਦਾ ਪਾਊਡਰ ਦਾ ਡਾਉਨ ਆਇਆ ਜਿਨ੍ਹਾਂ ਨੇ ਪਾਊਡਰ ਪਲਾਂਟ ਪ੍ਰਾਈਵੇਟ ਸੀਗੇ ਸਾਰੇ ਬੰਦ ਹੋ ਗਏ ਇਹਨਾਂ ਕੋਲ 8 9 ਲੱਖ ਲੀਟਰ ਬੇਰਕਾ ਕੋ ਐਵਰੇਜ ਚੱਲਦਾ ਸੀਗਾ ਪਿਲੇ ਸਾਲਾਂ ਇਹਨਾਂ ਕੋਲ 13 ਲੱਖ ਆ ਗਿਆ ਤੇ ਇਹਨਾਂ ਦੇ ਹੱਥ ਘੜੇ ਹੋਣ ਲੱਗੇ ਜੀ ਠੀਕ ਹੈ ਤੇ ਉਹਨਾਂ ਨੂੰ ਜਦੋਂ ਪਾਊਡਰ ਬਣਾ ਕੇ ਆਉਂਦਾ ਬਾਜ਼ਾਰ 'ਚ ਪਾਊਡਰ ਦਾ ਰੇਟ ਐ ਨਹੀਂ ਉਹ ਇੱਕ ਘਾਟਾ ਦੇਖ ਕੇ ਸਾਰਾ ਇਹ ਇੱਕ ਅਫਸੈਟ ਹੋ ਗਈ ਗੱਲ ਹੂੰ ਹੂੰ ਤੇ ਐਮ ਡੀ ਸਾਹਿਬ ਵੀ ਇਸ ਗੱਲ ਨੂੰ ਗੰਭੀਰਤਾ ਨਾਲ ਲੱਗੇ ਹੋਏ ਉਹ ਦੋ ਪਲਾਂਟਾਂ 'ਚ ਵਧੀਆ ਉਹਨੂੰ ਨਵੀਂ ਮਸ਼ੀਨਰੀ ਲਿਆ ਕੇ ਜਿਹੜੇ ਵੈਲਿਊ ਐਡ ਪ੍ਰੋਡਕਟ ਬਣਾਈਏ ਕੰਜ਼ਿਊਮਰ ਤੱਕ ਵਧੀਆ ਆਪਾਂ ਕੁਆਲਿਟੀ ਦਈਏ ਤੇ ਅਸੀਂ ਐਸੋਸੀਏਸ਼ਨ ਵੱਲੋਂ ਵੀ ਜਿੱਦਾਂ ਇਹ ਬਲਕ 'ਚ ਵੀ ਦੇ ਕੇ ਤੇ ਨਾਲ ਹੀ ਆਪਣੇ ਇੱਕ 인ਫਰਾਸਟਰਕਚਰ ਬਣਾ ਰਹੇ ਜਿਹਦੇ ਵਿੱਚ ਇੱਕ ਤਕਰੀਬਨ 50 ਦਾ ਦੁੱਧ ਖਰੀਦ ਸਕੋਗੇ ਤੁਸੀਂ ਅਸੀਂ ਜਿਹੜਾ ਸ਼ੁਰੂਆਤ ਵਿੱਚ ਜੀ 15 ਲੱਖ ਲੀਟਰ ਦਾ ਪਲਾਂਟ ਲਗਾਉਣਾ ਹਾਂਜੀ ਉਹ ਤਕਰੀਬਨ ਸਾਡੀਆਂ ਲਾਸਟ ਇਸੇ ਦੀ ਮਤਲਬ ਵੇਰਕਾ ਨੂੰ ਚੁਣੌਤੀ ਹੈ ਸਰਕਾਰ ਨੂੰ ਚੁਣੌਤੀ ਹੈ ਇੱਕ ਤਰ੍ਹਾਂ ਦੀ ਨਹੀਂ ਸਰ ਸਾਰੀ ਚੁਣੌਤੀ ਕੋਈ ਨਹੀਂ ਹੈ ਨਾ ਮਤਲਬ ਇੱਕ ਵੱਡਾ ਕਿਸਾਨਾਂ ਦੇ ਲਈ ਪਸ਼ੂ ਪਾਲਕਾਂ ਲਈ ਤਾਂ ਵੱਡਾ ਫਾਇਦੇ ਦੀ ਗੱਲ ਕਰ ਰਹੇ ਹੋ ਤੁਸੀਂ ਨਹੀਂ ਬਿਲਕੁਲ ਫਾਇਦੇ ਦੀ ਸਰਕਾਰ ਦੇ ਕੰਨ ਜ਼ਰੂਰ ਖੁੱਲਣੇ ਚਾਹੀਦੇ ਨੇ ਕਿਉਂਕਿ ਇਸੇ ਨਾਲ ਮਰਸੰਦੇ ਖੁੱਲਣਗੇ ਸਰਕਾਰ ਚਲੋ ਆਪਣੇ ਜਿਹੜੀ ਉਹਨਾਂ ਦੀ ਸਪੀਡ ਚੱਲੀ ਜਾਂਦੀ ਪਰ ਜਿਹੜੀ ਪੰਜਾਬ ਵਿੱਚ ਡੈਰੀ ਫਾਰਮਿੰਗ ਨੂੰ ਪੀਡੀਐਫਏ ਲੈ ਕੇ ਆਈ ਹੈ ਪ੍ਰੋਗਰੈਸ ਡੈਰੀ ਫਾਰਮ ਐਸੋਸੀਏਸ਼ਨ ਹਾਂਜੀ ਹਾਂਜੀ ਤੇ ਇਹਨੂੰ ਲੰਬੇ ਸਮੇਂ ਚਲਾਉਣ ਵਾਸਤੇ ਅਤੇ ਦਿਨੋਂ ਦਿਨੋਂ ਜਿਹੜੀ ਜ਼ਿਮੀਂਦਾਰ ਕੋਲ ਤੁਹਾਨੂੰ ਪਤਾ ਹੀ ਹੈ ਵੀ ਲੈਂਡ ਹੋਲਡਿੰਗ ਘਟ ਹੋ ਰਹੀ ਹੈ ਸਾਡੇ ਕੋਲ 21 ਹੈਗਾ ਜੇ ਆਪਾਂ ਇਹਦੇ ਵੀ ਸਕੋਪ ਹੈਗਾ ਬਹੁਤ ਜ਼ਿਆਦਾ ਡੈਰੀ ਫਾਰਮਿੰਗ ਨੂੰ ਉਸ਼ਾਤ ਕਰਕੇ ਸਾਡਾ ਜਿਹੜਾ ਹੈਗਾ ਅਸੀਂ ਇੱਕ ਆਪਣਾ ਲੈ ਕੇ ਚੱਲੇ ਆ ਟੀਚਾ ਵੀ ਪੰਜਾਬ ਦੇ ਹਰ ਇੱਕ ਪਿੰਡ ਵਿੱਚ ਦੋ ਡੈਰੀ ਫਾਰਮ ਇੱਕ ਕੋਲਰ ਸਾਡੇ ਨਾਲ ਜੁੜੇ ਹੋਏ ਨੇ ਹੈਲੋ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਕਿੱਥੋਂ ਬੋਲ ਰਹੇ ਹੋ ਗੁਰਮੀਤ ਸਿੰਘ ਮਹਾਲਤ ਬੋਲ ਰਹੇ ਜੀ ਗੁਰਮੀਤ ਸਿੰਘ ਜੀ ਕੀ ਗੱਲ ਕਰਨੀ ਚਾਹੁੰਦੇ ਹੋ ਐਸ਼ੋ ਚ ਸਰ ਇੱਕ ਤਾਂ ਜਿਹੜਾ ਇਹ ਕਹਿੰਦੇ ਕਿ ਇੱਥੇ ਦੁੱਧ ਉਹ ਯਾਰਾ ਕਰਾ ਰਹੇ ਸਰ ਹਾਂਜੀ ਤੇ ਪਹਿਲਾਂ ਤਾਂ ਜਿਹੜੇ ਦੁੱਧ ਚ ਮਿਲਾਵਟ ਹੋ ਰਹੀ ਹੈ ਇਹਨੂੰ ਉਤਪਾਦਨ ਰੋਕੇ ਜਾਏ ਫੇਰ ਤਾਂ ਦੁੱਧ ਅੱਗੇ ਵਧੇਗਾ ਇਹ ਦੁੱਧ ਤਾਂ ਕਿਸ ਨੂੰ ਮਿਲ ਨਹੀਂ ਰਿਹਾ ਇਹ ਤਾਂ ਸਾਰਾ ਮੱਕੜੀ ਦੁੱਧ ਮਿਲ ਰਿਹਾ ਜਿਹੜਾ ਖਾ ਪੀ ਰਹੇ ਨੇ ਜੀ ਉਹੀ ਜਿਹੜਾ ਦੁੱਧ ਵੇਰਕਾਰ ਆ ਲੇਦੇ ਉਹ ਸਾਡੇ ਸਸਤਾ ਲੈ ਕੇ ਮਹਿੰਗਾ ਦੇਦੇ ਐ ਪਲੱਸ ਜਿਹੜੀ ਹੈ ਗੈਰ ਛੱਡ ਦੀ ਗੱਲ ਕਰ ਰਹੇ ਐ ਇਹ ਗੈਰ ਦੀ ਛੱਡ ਇਹ ਤਾਂ ਬੰਦ ਹੋੁੰਦੇ ਆ ਰੇ ਫਾਰਮ ਦਿਲਪਰ ਦੇਨ ਕਿਉਂਕਿ ਜਿਹੜੇ ਲੋਕ ਐ ਆਪਣੇ ਜ਼ਿੰਮੇਦਾਰ ਆ ਉਹ ਕਿਆ ਕਰਦੇ ਜ਼ਮੀਨਾਂ ਆ ਬੇਚ ਕੇ ਬੜੇ ਬੜੇ ਫਾਰਮ ਖੋਲ ਲੈਂਦੇ ਉਹ ਕੋਈ ਇੱਕ ਦੋ ਘਾਟੇ ਕੋਈ ਸ਼ੁਰੂਆਤ ਦਾ ਫਰਮ ਬੜੇ ਬੜੇ 30 ਵੀ ਘਾਟੇ ਗੱਲ ਲੈ ਕੇ ਸ਼ੁਰੂ ਕਰਦੇ ਆਂ ਉਹ ਗੁਰਪ੍ਰਮੇਸ਼ ਸਿੰਘ ਦੀ ਜਿਹੜੀ ਗੱਲ ਹੈ ਬਹੁਤ ਪਤੇ ਦੀ ਗੱਲ ਕੀਤੀ ਹੈ ਇਹਨਾਂ ਨੇ ਇਹ ਕਹਿੰਦੇ ਵੀ ਸ਼ੈੱਡ ਅਸੀਂ ਬਣਾਉਨੇ ਆਂ ਗਾਇਆਂ ਦੇ ਸ਼ੈੱਡ ਬਣਾਉਨੇ ਆਂ ਜਾਂ ਹੋਰ ਐਦਾਂ ਦਾ ਕੰਮ ਸ਼ੁਰੂ ਕਰਦੇ ਆਂ ਡੇਰੀ ਫਾਰਮਿੰਗ ਦਾ ਦੁੱਧ ਦਾ ਰੇਟ ਨਹੀਂ ਮਿਲਦਾ ਕੰਮ ਦੋਵੇਂ ਠੱਪ ਹੋ ਜਾਂਦੇ ਨੇ ਦੁੱਧ ਦਾ ਕੰਮ ਵੀ ਠੱਪ ਹੋ ਜਾਂਦਾ ਤੇ ਖੇਤੀ ਤਾਂ ਧੰਦਾ ਚੌਪਟੀ ਹੈ ਹੈਨਾ ਤੇ ਦੂਜੀ ਗੱਲ ਇਹਨਾਂ ਨੇ ਕੀਤੀ ਹੈ ਵੀ ਜੇ ਦੁੱਧ ਦੇ ਰੇਟ ਵਧਾਉਣੇ ਆਂ ਦੁੱਧ ਨੂੰ ਉਤਸ਼ਾਹਤ ਕਰਨਾ ਦੁੱਧ ਦੇ ਕੰਮ ਨੂੰ ਤਾਂ ਸਭ ਤੋਂ ਪਹਿਲਾਂ ਜਿਹੜਾ ਨਕਲੀ ਦੁੱਧ ਬਣਦਾ ਉਸ ਤੇ ਸਰਕਾਰ ਉਸ ਤੇ ਰੋਕ ਲਾਵੇ ਅ ਗਰਮੀਤ ਜੀ ਇਹ ਤਾਂ ਹੈਗੀ ਸਰਕਾਰ ਵੱਲੋਂ ਗੱਲ ਜੀ ਜਿਹੜੀ ਇੱਕ ਰੋਕ ਲਾਉਣ ਵਾਲੀ ਗੱਲ ਹੈ ਜਿੱਥੋਂ ਤੱਕ ਅਸੀਂ ਐਸੋਸੀਏਸ਼ਨ ਵੱਲੋਂ ਤੁਹਾਨੂੰ ਇੰਸ਼ੋਰ ਕਰਦੇ ਆਂ ਵੀ ਜਿਹੜਾ ਦੁੱਧ ਅਸੀਂ ਤੁਹਾਨੂੰ ਇੱਕ ਤਾਂ ਅਸੀਂ ਦਿੱਲੀ 'ਚ ਦੇਣਾ ਜਿਹੜਾ ਇੱਥੇ ਦੇਣਾ ਜੀ ਉਹਦੀ ਕੁਆਲਿਟੀ ਦੀ ਇੰਸ਼ੋਰੈਂਸ ਹੋ ਗਈ ਔਰ ਮੈਂ ਇਹਦੀ ਤੁਹਾਨੂੰ ਉਦਾਹਰਨ ਵੀ ਦਿੰਨਾ ਕਿ ਮੁਹਾਲੀ ਚੰਡੀਗੜ੍ਹ ਦੇ ਵਿੱਚ ਤਕਰੀਬਨ 15 ਫਾਰਮਰ ਡਾਇਰੈਕਟ ਦੁੱਧ ਆਪਣਾ ਸੇਲ ਕਰ ਲੰਗੇ ਜਿਹਦੇ ਵਿੱਚ ਅਸੀਂ ਵੀ ਮੁਹਾਲੀ ਵਿੱਚ ਸੇਲ ਕਰਦੇ ਐਬਸੋਲਿਊਟ ਨਾਮ ਦੇ ਆਪਣੇ ਸਾਡਾ ਬ੍ਰਾਂਡ ਅਸੀਂ ਰੱਖਿਆ ਔਰ ਬੇਰਕਾ ਨਾਲੋਂ ਮੈਂ ਤੁਹਾਨੂੰ ਸਾਰ ਅਸੀਂ ਰਾ ਮਿਲ ਕਵੇਦੇ ਉਹਨੂੰ ਠੰਡਾ ਕਰਕੇ ਵੇਚਦੇ ਪੈਸਚਰਾਇਜ਼ ਨਹੀਂ ਕਰਦੇ ਅਸੀਂ 35 ਬੀ ਲੀਟਰ ਦੁੱਧ ਵੇਚ ਰਹੇ ਹਾਂ ਠੀਕ ਹੈ ਜੀ ਇਹ ਇਦੇ ਵਿੱਚ ਜਿਹੜੀਆਂ ਸ਼ੁਰੂਆਤ ਚ ਪ੍ਰੋਬਲਮ ਹੈ ਦੁਬਾਰੇ ਫੇਰ ਉਹੀ ਗੱਲ ਕਰਦਾ ਵੀ ਪੰਜਾਬ ਦੀ ਡੈਰੀ ਆ ਤੇ ਸ਼ੁਰੂਆਤ ਵਿੱਚ ਹੈ ਇਹਦੇ ਵਿੱਚ ਪ੍ਰੋਬਲਮਾਂ ਸ਼ੁਰੂਆਤ ਆਉਣੇ ਆਉਣੀਆਂ ਜਦੋਂ ਆਪਾਂ ਇਨਫਰਾਸਟ੍ਰਕਚਰ ਬਣ ਗਿਆ ਤੇ ਲੋਕਾਂ ਦਾ ٹرسٹ ਬਣ ਗਿਆ ਤੁਹਾਡੇ ਤੇ ਵੀ ਜਿਹੜਾ ਫਾਰਮਰ ਦੁੱਧ ਲੈ ਕੇ ਆ ਰਿਹਾ ਹੈ ਹੁਣ ਕੀ ਹੋ ਰਿਹਾ ਹੁਣ ਟਰੇਡਰ ਦੁੱਧ ਲੈ ਕੇ ਆ ਰਿਹਾ ਜੇ ਗਾਂ ਦੇ ਦੁੱਧ ਦੀ ਗੱਲ ਕਰੀਓ ਮਾਝੂ ਦੇ ਵਿੱਚ ਅੱਧਾ ਪਾਣੀ ਪਾ ਕੇ ਉਹਨੂੰ ਗਾਂ ਦਾ ਦੁੱਧ ਕੰਜ਼ਿਊਮਰ ਨੂੰ ਕੰਜ਼ਿਊਮਰ ਨੂੰ ਕਹਿ ਕੇ ਦੇ ਦਿੰਦਾ ਉਹਦਾ ਬਿਲਕੁਲ ਟੇਸਟ ਨਹੀਂ ਬਣਦਾ ਕੁਝ ਨਹੀਂ ਬਣਦਾ ਉਹ ਗਾਂ ਦੇ ਦੁੱਧ ਤੋਂ ਲੋਕ ਵੈਸੇ ਹੀ ਬਹੁਤ ਘਿਰਨਾ ਕਰਦੇ ਵੀ ਗਾਂ ਦੇ ਦੁੱਧ ਨੂੰ ਜਦ ਕਿ ਗਾਂ ਸਾਡੇ ਗੁਰੂਆਂ ਪੀਰਾਂ ਨੇ ਵੀ ਰੱਖੀ ਹੈ ਇਹ ਗਾਂ ਰਾਂ ਦਾ ਬਹੁਤ ਨੇੜੇ ਦੀ ਗੱਲ ਹੈ ਤੇ ਜਿਹੜੀ ਦੀ ਫੈਟ ਦੀ ਗੱਲ ਹੈ ヒューਮਨ ਵੇਂਗ ਚ 1.5 ਤੋਂ ਲੈ ਕੇ 2.5% ਫੈਟ ਹੁੰਦੀ ਹੈ ਜਿਹੜਾ ਮਾਂ ਦਾ ਦੁੱਧ ਅਸੀਂ ਜਨਮ ਤੋਂ ਬਾਅਦ ਪੀਨੇ ਇਹਦਾ 2.5 ਤੋਂ ਲੈ ਕੇ 3.5 4 ਫੈਟ ਹੁੰਦੀ ਹੈ ਉਹ ਬਹੁਤ ਜਣੀ ਇੱਕ ਤਾਂ ਡਾਈਜੈਸਟ ਜਲਦੀ ਹੋ ਜਾਂਦਾ ਤੇ ਜਿਹੜਾ ਫੈਟ ਜਿਹੜਾ ਅੱਜ ਗੱਲ ਕਰੀਏ ਸਾਰੇ ਇੰਡੀਆ ਚ ਸਭ ਤੋਂ ਵੱਧ ਹਾਰਟ ਦੇ ਜਿਹੜੇ ਮਰੀਜ਼ ਨੇ ਆਪਰੇਸ਼ਨ ਨੇ ਉਹ ਪੰਨੇ ਆਪਰੇਸ਼ਨ ਪੰਜਾਬ ਚ ਹੁੰਦੇ ਨੇ ਜੀ ਆਵਾ ਮਾਜਦ ਜਦ ਵੱਧ ਫੈਟ ਵਾਲਾ ਆਪਾਂ ਪੀਨੇ ਇਹ ਚੀਜ਼ਾਂ ਨੂੰ ਵੀ ਤੇ ਜਿਹੜਾ ਕੰਜ਼ਿਊਮਰ ਹੈਗਾ ਕੰਜ਼ਿਊਮਰ ਜੇ ਕੋਈ ਬੰਦਾ ਵਧੀਆ ਕੁਆਲਿਟੀ ਦਿੰਦਾ ਉਹਨੂੰ ਉਹਦੀ ਕੁਆਲਿਟੀ ਜ਼ਰੂਰ ਚੈੱਕ ਕਰੋ ਲੇਕਿਨ ਉਹਨੂੰ ਐਪਰੀਸ਼ੀਏਟ ਵੀ ਕਰੋ ਤਾਂ ਉਹਦਾ ਬਣਦਾ ਜਾਇਜ਼ ਮੁੱਲ ਜੋ ਹੱਕ ਉਹਦਾ ਦਿਓ ਹਾਂ ਕਈ ਬੰਦੇ ਅੱਜ ਕੁਐਸਚਨ ਕਰਦੇ ਨੇ ਵੀ ਤੁਸੀਂ 20 ਰੁਪਏ ਦੇ ਰਹੇ ਸੀ ਇੱਥੇ 35 ਦੇ ਰਹੇ ਹੋ ਉਹ 20 ਰੁਪਏ ਦਾ ਸੀ 5-6 ਰੁਪਏ ਲਾਸ ਨਾਲ ਦੇ ਰਹੇ ਹਰਿੰਦਰ ਜੀ ਤੁਸੀਂ ਸਟੂਡੀਓ ਚ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਕ ਮਹੱਤਵਪੂਰਨ ਵਿਸ਼ੇ ਦੇ ਉੱਤੇ ਅੱਜ ਗੱਲਬਾਤ ਕੀਤੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਈ ਹੋਵੇਗੀ ਅਸੀਂ ਇੱਕ ਕੋਸ਼ਿਸ਼ ਕਰਾਂਗੇ ਫੇਰ ਵੀ ਤੁਹਾਡੇ ਨਾਲ ਗੱਲਬਾਤ ਕਰਨ ਦੀ ਇਸੇ ਨਾਲ ਹੀ ਸਾਡਾ ਅੱਜ ਦਾ ਸ਼ੋਅ ਇੱਥੇ ਖਤਮ ਹੁੰਦਾ ਹੈ ਕੱਲ ਫੇਰ ਮਿਲਾਂਗੇ ਅਖਬਾਰਾਂ ਦੀਆਂ ਸੁਰਖੀਆਂ ਤੇ ਵੀ ਚਰਚਾ ਕਰਾਂਗੇ ਇੱਕ ਨਵੀਂ ਸ਼ਖਸੀਅਤ ਦੇ ਨਾਲ ਨਵੇਂ ਮਸਲੇ ਤੇ ਵੀ ਗੱਲਬਾਤ ਕਰਾਂਗੇ ਤੁਸੀਂ ਸਾਨੂੰ ਸੁਝਾਅ ਦੇ ਸਕਦੇ ਹੋ ਇਸ ਸ਼ੋਅ ਨੂੰ ਹੋਰ ਚੰਗੇਰਾ ਬਣਾਉਣ ਲਈ editor@dayandnightnews.com ਤੇ ਫਿਲਹਾਲ ਧੰਨਵਾਦ ਖਬਰوں ਦੀ ਦੁਨੀਆ ਵਿੱਚ ਆਈਏ हमारे साथ कहीं भी और कभी भी जुड़िए हम मिलेंगे फेसबुक पर हम दिखेंगे यूट्यूब पर, हमें फॉलो कीजिए ट्विटर पर खबरों के साथ बने रहिए रात दिन